नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स दे विच मैं हां तरनजीत कौर घुम्मण हाजरा जी लैके तुहाडा अपना प्रोग्राम जिहदे विच असीं गलबात करांगे कैनेडियन इमीग्रेशन संबंधी तुहाडा कोई भी सवाल है सानू अज दे लाइव प्रोग्राम विच तुसीं कॉल कर सकदे हो तुहाडे सवालों के भी जवाब देवांगे ते नाल दी नाल अज कुछ अहम मुद्दों उत्ते गल करांगे कुछ नवीं अपडेट्स आईयां ने सो सब तो पहला कैनेडा की ऑडिटर जनरल दे वल्लों एक कॉल दित्ती गई है जिहदे विच रेफ्यूजीज के बारे में खास तौर पर उन्होंने मैनशन किया सो की यह गलबात है इमीग्रेशन डिपार्टमेंट नूं लैके इहदे बारे तुहानूं जानकारी देवांगे पोस्ट ग्रैजुएट वर्क परमिट यानी कि कैनेडा विच पढ़ाई करन तों बाद जिहड़ा वर्क परमिट मिलदा सी 2 साल का 3 साल का इशू हुंदा सी ते हुण की इह वर्क परमिट 5 साल तक जा सकता है इहदे बारे विच एक नवीं खबर सामने आई है जिहड़ी अज इस प्रोग्राम दे विच तुहाडे नाल असीं सांझी करांगे सो की इह खबर है इहदे लई भी बने रहो इस तों इलावा पेरेंट्स एंड ग्रैंड पेरेंट्स दी एप्लीकेशनस दे बारे विच गलबात करांगे ते नाल दी नाल नोवा स्कोशिया दे बारे भी गलबात करांगे असीं सो तुहाडा इस तों इलावा इमीग्रेशन संबंधी कोई सवाल है अपनी प्रोफाइल डिस्कस करना चाहुंदे हो या अपनी प्रोफाइल दे बारे विच जानना चाहुंदे हो अज दे लाइव प्रोग्राम च कॉल कर सकते हो तुहाडे सवालों दे जवाब देने लई ते अज दे मुद्दे उत्ते गलबात करन लई साडे नाल जुड़ चुके ने जी आईसीसी इमीग्रेशन तों मिस्टर मनु दत्ता जी सत श्री अकाल सर तरन थैंक यू वेरी मच जी सब तो पहला तुहानू ते सारे व्यूअर्स नू आईसीसी इमीग्रेशन दी समुची टीम वल्लों एमडी मनु दत्ता एंड आरडी रिपोर्टर वल्लों सत श्री अकाल नमस्कार आदाब एंड थैंक यू वेरी मच फॉर हैविंग अस ऑन एयर तरन जी की हाल चाल सर ऑलवेज गुड तरन जी ਤੁਹਾਡੇ ਨਾਲ ਗੱਲ ਕਰਕੇ ਵੈਸੇ ਹੀ ਅੱਛਾ ਲੱਗਦਾ ਥੈਂਕ ਯੂ ਸੋ ਮਚ ਸਰ ਸੋ ਅੱਜ ਆਪਾਂ ਗੱਲਬਾਤ ਕਰਨ ਲੱਗੇ ਹਾਂ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਤੇ ਮੈਂ ਹਰ ਵਾਰੀ ਪੁੱਛਦੀ ਹੁੰਦੀ ਹਾਂ ਕੀ ਨਵੀਂ ਅਪਡੇਟਸ ਹੈਗੀਆਂ ਅੱਜ ਕੀ ਬਹੁਤ ਜ਼ਿਆਦਾ ਅਪਡੇਟਸ ਨਵੀਆਂ ਆਈਆਂ ਹੋਈਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਗੱਲ ਕਰ ਰਹੇ ਹਾਂ ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਆਈ ਹੈ ਕਾਲ ਆਈ ਹੈ ਉਹਨਾਂ ਦੀ ਖਾਸ ਤੌਰ ਤੇ ਰੈਫਿਊਜੀਜ਼ ਨੂੰ ਲੈ ਕੇ ਵੀ ਹਾਲਾਂਕਿ ਬੈਕਲੌਗ ਤੇ ਅਗਲੇ ਨਾਲੋਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਘਟਿਆ ਜ਼ਰੂਰ ਹੈ ਪਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਜ਼ਰੂਰ ਕੀਤੀ ਹੈ ਕਿ ਵੀ ਰੈਫਿਊਜੀਜ਼ ਆਲਰੇਡੀ 3-3 ਸਾਲ ਤੋਂ ਵੇਟ ਕਰ ਰਹੇ ਨੇ ਤੇ ਇਸ ਵੇਲੇ 99,000 ਦੇ ਕਰੀਬ ਐਪਲੀਕੇਸ਼ਨਸ ਅਜੇ ਵੀ ਵੇਟਿੰਗ ਲਾਈਨ 'ਚ ਹੈਗੀਆਂ ਨੇ ਤੇ ਐਕਸਪੈਕਟ ਕੀਤਾ ਜਾ ਰਿਹਾ ਹਜੇ ਹੋਰ ਸਾਲ ਇਹਨਾਂ ਨੂੰ ਲੱਗ ਸਕਦੇ ਆ ਸੋ ਖਾਸ ਤੌਰ ਤੇ ਉਹਨਾਂ ਨੇ ਕਿਹਾ ਵਾ ਕਿ ਵੀ ਜਿਹੜੀ ਆਨਲਾਈਨ ਪੋਰਟਲ ਰੈਫਿਊਜੀਜ਼ ਲਈ ਖਾਸ ਤੌਰ ਤੇ ਜਿਹੜਾ ਬਣਾਇਆ ਜਾਵੇ ਬਿਲਕੁਲ ਤਰਨ ਜੀ ਉਹਨਾਂ ਨੇ ਜਿਹੜੇ ਲਾਸਟ ਈਅਰ ਦੇ ਨੰਬਰ ਸ਼ੇਅਰ ਕੀਤੇ ਨੇ ਉਹਨਾਂ ਨੇ ਕਿਹਾ ਕਿ 16,000 ਰੈਫਿਊਜੀਜ਼ ਤਕਰੀਬਨ ਜਿਹੜੇ ਯੂਐਨ ਸਪਾਂਸਰਡ ਸੀਗੇ ਉਹ ਪਰਮਾਨੈਂਟ ਰੈਜ਼ੀਡੈਂਸੀ ਮਿਲੀ ਹੈਗੀ ਹੈ ਉਸ ਤੋਂ ਬਾਅਦ 30,000 ਹੋਰ ਸੀਗੇ ਜਿਹੜੇ ਲੋਕਲੀ ਗਰੁੱਪਸ ਤੋਂ ਸਪਾਂਸਰਡ ਸੀਗੇ ਉਹਨਾਂ ਨੂੰ ਪੀਆਰ ਮਿਲੀ ਸੋ 45,000 ਰੈਫਿਊਜੀਜ਼ ਨੂੰ ਜਿਹੜੀ ਪੀਆਰ ਦਿੱਤੀ ਗਈ ਹੈ 2022 ਦੇ ਐਂਡ ਤੱਕ ਤੇ ਇਸ ਸਾਲ ਉਹਨਾਂ ਦਾ ਕਿਹਾ ਜਾ ਰਿਹਾ ਕਿ ਹਾਲੇ ਵੀ 99,000 ਤੋਂ ਜ਼ਿਆਦਾ ਅਗਸਤ ਡਿਸੰਬਰ 2022 ਦੇ ਵਿੱਚ ਉਹਨਾਂ ਬੈਕਲੌਗ ਸੀਗਾ ਸੋ ਐਬਸੋਲੂਟਲੀ ਜੀ ਇਹ ਬੈਕਲੌਗ ਲੋਕਾਂ ਕੁਛ ਐਪਲੀਕੈਂਟਸ ਤਾਂ 2-2, 3-3 ਸਾਲ ਤੋਂ ਵੇਟ ਕਰ ਰਹੇ ਨੇ ਤੇ ਉਸੇ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਔਰ ਜਿਹੜੀ ਸਾਡੇ ਅਟਾਰਨੀ ਜਨਰਲ ਹੈਗੇ ਨਾ ਕੈਰਨ ਹੋਗਨ ਉਹਨਾਂ ਨੇ 5-6 ਰਿਕਮੈਂਡੇਸ਼ਨਸ ਦਿੱਤੀਆਂ ਰੈਫਿਊਜੀਜ਼ ਨੂੰ ਲੈ ਕੇ ਇੱਕ ਦਿੱਤੀ ਹੈਗੀ ਹੈ ਦੂਸਰਾ ਉਹਨਾਂ ਨੇ ਕਿਹਾ ਕਿ ਬੈਕਲੌਗ ਦੇ ਵਿੱਚ ਸਾਡੀਆਂ ਕਾਫੀ ਫਾਈਲਾਂ ਚੱਲ ਰਹੀਆਂ ਹੈਗੀਆਂ ਉਹਨਾਂ ਦੇ ਹਿਸਾਬ ਦੇ ਨਾਲ ਹਾਲੇ ਵੀ 2.2 ਦੇ ਆਸ-ਪਾਸ 2198 2.12 ਦੇ ਆਸ-ਪਾਸ ਐਪਲੀਕੇਸ਼ਨਸ ਹਲੇ ਵੀ ਸਾਡੇ ਸਿਸਟਮ ਦੇ ਵਿੱਚ ਹੈਗੀਆਂ ਐਂਡ ਉਹਦੇ ਵਿੱਚ ਉਹਨਾਂ ਨੇ ਕਿਹਾ ਜਿਸ ਤਰ੍ਹਾਂ 6,46,000 ਐਪਲੀਕੇਸ਼ਨ ਤਾਂ ਐਕਸਪ੍ਰੈਸ ਐਂਟਰੀ ਦੀਆਂ ਪੀ ਆਰ ਦੀਆਂ ਐਪਲੀਕੇਸ਼ਨ ਹੈਗੀਆਂ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਜਿਹੜੀਆਂ ਬੈਕਲੌਗ ਦੇ ਵਿੱਚ ਜਿਹੜੇ ਨੰਬਰਸ ਹੈਗੇ ਨੇ ਬਟ ਉਹਦੇ ਵਿੱਚ ਉਹਨਾਂ ਨੇ ਕਿਹਾ ਤਕਰੀਬਨ 2,91,000 ਐਪਲੀਕੇਸ਼ਨ ਇਹੋ ਜਿਹੀਆਂ ਹੈਗੀਆਂ ਤਕਰੀਬਨ 45% ਐਪਲੀਕੇਸ਼ਨ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਬੈਕਲੌਗ ਦੇ ਵਿੱਚ ਪਈਆਂ ਹੈਗੀਆਂ ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਜਿਹੜੇ ਟੈਂਪਰੇਰੀ ਐਪਲੀਕੇਸ਼ਨ ਹੈਗੀਆਂ ਉਹ ਵੀ ਤਕਰੀਬਨ 1.24 million ਦੇ ਆਸ-ਪਾਸ ਐਪਲੀਕੇਸ਼ਨ ਹੈਗੀਆਂ ਜਿਹਦੇ ਵਿੱਚ ਵਰਕ ਪਰਮਿਟ ਤੇ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਵਰਕ ਪਰਮਿਟ ਤੇ ਵਿਜ਼ਿਟ ਵੀਜ਼ਾ ਦੀਆਂ ਐਪਲੀਕੇਸ਼ਨ ਹੈਗੀਆਂ ਸੋ ਉਹਨਾਂ ਨੇ ਕਿਹਾ ਕਿ ਕੁਝ ਕਾਉਂਸਲੇਟਸ ਜਾਂ ਕੁਝ ਆਫਿਸਿਸ ਇਹੋ ਜਿਹੇ ਹੈਗੇ ਨੇ ਜਿੱਥੇ ਘੱਟ ਕੰਮ ਹੋਣ ਦੇ ਬਾਵਜੂਦ ਉੱਥੇ ਸਟਾਫ ਜ਼ਿਆਦਾ ਹੋਣ ਦੇ ਬਾਵਜੂਦ ਪ੍ਰੋਸੈਸਿੰਗ ਟਾਈਮ ਜ਼ਿਆਦਾ ਚੱਲ ਰਿਹਾ ਹੈਗਾ ਸੋ ਉਹਨਾਂ ਨੇ 3 ਚੀਜ਼ਾਂ ਨੂੰ ਟੱਚ ਕੀਤਾ ਹੈਗਾ ਕਿ ਵੀਜ਼ਾ ਸਟਾਫ ਕਿੰਨਾ ਹੈਗਾ ਕੰਮ ਕਿੰਨਾ ਹੈਗਾ ਅਤੇ ਬੈਕਲੌਗ ਕਿੰਨਾ ਹੈਗਾ ਸੋ ਉਹਨਾਂ ਨੇ ਕਾਫੀ ਇਗਜ਼ੈਂਪਲਸ ਲਿੱਤੇ ਨੇ ਟਰਕੀ ਦੇ ਲਿੱਤੇ ਨੇ ਕਈ ਹੋਰ ਇਗਜ਼ੈਂਪਲਸ ਲਿੱਤੇ ਨੇ ਸੋ ਉਹਨਾਂ ਨੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਸਟਾਫ ਸ਼ੁੱਡ ਬੀ ਰੈਸੀਪ੍ਰੋਕਲ ਟੂ ਦਾ ਵਰਕ ਦੇ ਹੈ ਸੋ ਜਿੰਨਾ ਕੰਮ ਹੋਏਗਾ ਉਨਾ ਸਟਾਫ ਹੋਣਾ ਚਾਹੀਦਾ ਜੇ ਉੱਥੇ ਸਟਾਫ ਜ਼ਿਆਦਾ ਹੈਗਾ ਤਾਂ ਉੱਥੇ ਐਪਲੀਕੇਸ਼ਨ ਜ਼ਿਆਦਾ ਪ੍ਰੋਸੈਸ ਹੋਣੀਆਂ ਚਾਹੀਦੀਆਂ ਹੈਗੀਆਂ ਸੋ ਉਹਨਾਂ ਨੇ ਉਸ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਉਸ ਤੋਂ ਬਾਅਦ ਉਹਨੇ ਈਵਨ ਆਟੋਮੇਸ਼ਨ ਨੂੰ ਵੀ ਹਾਈਲਾਈਟ ਕੀਤਾ ਕਿ ਸਾਨੂੰ ਆਟੋਮੇਸ਼ਨ ਹੋਰ ਕਰਨੀ ਹੈਗੀ ਬਟ ਆਟੋਮੇਸ਼ਨ ਦੇ ਨਾਲ ਨਾਲ ਜਿਹੜੇ ਆਪਣੇ ਆਪ ਆਰਟੀਫਿਸ਼ਲ ਇੰਟੈਲੀਜੈਂਸ ਡਿਸੀਜਨ ਬਣਾ ਰਹੀ ਹੈਗੀ ਹੈ ਜੋ ਸੁਜੈਸ਼ਨਸ ਦੇ ਰਹੀ ਹੈਗੀ ਹੈ ਉਹਨੂੰ ਵੀ ਥੋੜ੍ਹਾ ਜਿਹਾ ਵਾਚ ਕਰਨਾ ਚਾਹੀਦਾ ਹੈਗਾ ਸੋ ਉਹਨਾਂ ਨੇ 4-5 ਚੀਜ਼ਾਂ ਨੂੰ
ਹਾਈਲਾਈਟ ਕੀਤਾ ਤਰਨ ਜੀ ਸਰ ਹਾਈਲਾਈਟ ਤਾਂ ਕੀਤਾ ਪਰ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਇਹ ਜਿਹੇ ਟੈਂਪਰੇਰੀ ਰੈਜ਼ੀਡੈਂਸ ਵੀ ਹੈਗੇ ਆ ਜਾਂ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਦੀ ਗੱਲ ਕੀਤੀ ਜਾਵੇ ਵੀ ਕਾਫੀ ਲੰਮਾ ਸਮਾਂ ਇਸ ਵਕਤ ਲੱਗ ਰਿਹਾ ਸੋ ਇਸ ਚੀਜ਼ ਦੇ ਵੱਲ ਕੀ ਧਿਆਨ ਦਿੱਤਾ ਜਾ ਰਿਹਾ ਵੀ ਕਿੰਨੀ ਕੁ ਛੇਤੀ ਸਭ ਤੋਂ ਪਹਿਲਾਂ ਇਹਨਾਂ ਐਪਲੀਕੇਸ਼ਨਸ ਨੂੰ ਪ੍ਰੋਸੈਸ ਕੀਤਾ ਜਾਵੇ ਬਿਲਕੁਲ ਤਰਨ ਜੀ ਉਹਨਾਂ ਨੇ ਕਿਹਾ ਤੇ ਇਹੀ ਹੈਗਾ ਕਿ ਪ੍ਰਾਇੋਰਟੀ ਜਿਹੜੀ ਹੈਗੀ ਹੈ ਉਹ ਬੈਕਲੌਗਡ ਐਪਲੀਕੇਸ਼ਨਸ ਦੇ ਉੱਤੇ ਹੋਣੀ ਚਾਹੀਦੀ ਹੈ ਸੋ ਫਰਸਟ ਪ੍ਰਾਇੋਰਟੀ ਕਿ ਉਹ ਐਪਲੀਕੇਸ਼ਨਸ ਨੂੰ ਕੱਢਿਆ ਜਾਵੇ ਸੋ ਐਬਸੋਲੂਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਰਿਪੋਰਟ ਨੂੰ ਆਫਿਸ ਆਫ ਆਡੀਟਰ ਜਨਰਲ ਦੀ ਰਿਪੋਰਟ ਨੂੰ ਕੈਰਨ ਹੋਗਨ ਦੀ ਰਿਪੋਰਟ ਨੂੰ ਕਿਸ ਤਰ੍ਹਾਂ ਲਿੱਤਾ ਜਾਂਦਾ ਟਾਈਮ ਦੱਸੇਗਾ ਆਈਆਰਸੀਸੀ ਕੀ ਇੰਪਲੀਮੈਂਟੇਸ਼ਨਸ ਲੈਂਦੇ ਕੀ ਸਟ੍ਰੈਟੇਜੀਜ਼ ਲੈਂਦੇ ਕੀ ਸਟੈਪਸ ਲੈਂਦੇ ਨੇ ਉਹਨੂੰ ਇੰਪਲੀਮੈਂਟ ਕਰਨ ਦੇ ਉਹ ਬੈਕਲੌਗ ਨੂੰ ਖਤਮ ਕਰਨ ਦੇ ਉਹ ਟਾਈਮ ਵਿਲ ਕਮਿੰਗ ਵੀਕਸ ਵਿਲ ਟੈਲ ਸੋ ਆਪਣੇ ਦਰਸ਼ਕਾਂ ਨੂੰ ਦੱਸ ਦੇ ਇਸ ਵਕਤ ਸਾਡਾ ਲਾਈਵ ਪ੍ਰੋਗਰਾਮ ਹੈ ਤੁਹਾਡੀ ਕੋਈ ਵੀ ਕੁਐਰੀ ਹੈਗੀ ਇਮੀਗ੍ਰੇਸ਼ਨ ਮੈਟਰਸ ਨੂੰ ਲੈ ਕੇ ਤੁਸੀਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਨਾਲ ਦੇ ਨਾਲ ਥੋੜੀ ਜੀ ਗੱਲ ਅਸੀਂ ਕਰਾਂਗੇ ਜ਼ਰੂਰ ਪਰ ਸਰ ਜਿਵੇਂ ਡਰਾਸ ਦੀ ਗੱਲ ਕਰੀਏ ਡਰਾ ਲਗਾਤਾਰ ਨਿਕਲ ਰਹੇ ਨੇ ਸਟੈਮ ਦੇ ਨਿਕਲ ਰਹੇ ਨੇ ਜਾਂ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਇਨ ਡਿਮਾਂਡ ਸਟ੍ਰੀਮਸ ਹੈਗੀਆਂ ਨੇ ਉਹਨਾਂ ਦੇ ਨਿਕਲ ਰਹੇ ਨੇ ਪੀਐਨਪੀ ਦੀ ਵੀ ਗੱਲ ਕਰੀਏ ਉਹਦੇ ਵਿੱਚ ਵੀ ਫੋਕਸ ਇੱਧਰ ਹੀ ਕੀਤਾ ਜਾ ਰਿਹਾ ਤੇ ਮੈਂ ਕੱਲ ਹੀ ਅਜੇ ਇੱਕ ਲੇਟੈਸਟ ਨਿਊਜ਼ ਦੇਖੀ ਸੀ ਜਿਹਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਨੰਬਰਸ ਨੂੰ ਜਿਹੜਾ ਆ ਕੈਨੇਡਾ ਗਵਰਨਮੈਂਟ ਹੋਰ ਵਧਾਉਣ ਲੱਗੀ ਆ ਜਾਂ ਇਜਾਜ਼ਤ ਮਿਲ ਗਈ ਆ ਹੋਰ ਵਧਾਉਣ ਦੀ ਸੋ ਮਤਲਬ ਕਿ ਆਲਰੇਡੀ ਇਸ ਵਕਤ ਆਪਾਂ ਦੇਖ ਰਹੇ ਹਾਂ ਕਿ ਡਰਾਸ ਦੇ ਵਿੱਚ ਨਾਮ ਨਹੀਂ ਆ ਰਿਹਾ ਹੈਗਾ ਸੋ ਸਟੂਡੈਂਟਸ ਨੂੰ ਸੁਜੈਸਟ ਇਸ ਵਕਤ ਕੀ ਕਰੋਗੇ ਕਿਉਂਕਿ ਡਰਾ 'ਚ ਨਾਮ ਨਹੀਂ ਆ ਰਿਹਾ ਵਰਕ ਪਰਮਿਟ ਲੈ ਕੇ ਐਕਸਪਾਇਰ ਹੋ ਰਹੇ ਨੇ ਅਤੇ ਅੱਗੇ ਕੋਈ ਅੱਗੇ ਸਕੋਪ ਨਜ਼ਰ ਨਹੀਂ ਆ ਰਿਹਾ ਪੀ ਆਰ ਦਾ ਕਿੰਨੇ ਕੁ ਜਣੇ ਐਲ ਐਮ ਆਈ ਏ ਲੈ ਕੇ ਵਰਕ ਕਰ ਸਕਦੇ ਨੇ ਤਰਨ ਜੀ ਐਬਸੋਲਿਊਟਲੀ ਇਹ ਪੋਜੀਸ਼ਨ ਨਾ ਕਾਫੀ ਕ੍ਰਿਟੀਕਲ ਬਣੀ ਹੋਈ ਹੈ ਇਸ ਟਾਈਮ ਤੇ ਐਂਡ ਹਲੇ 2023 ਦਾ ਵਿੱਚ ਕਿਹਾ ਜਾ ਰਿਹਾ ਕਿ ਬਾਈ ਦਾ ਐਂਡ ਆਫ ਦਿਸ ਈਅਰ ਵੀ ਵਿਲ ਹੈਵ ਆਲਮੋਸਟ 900,000 ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਪੜ੍ਹ ਰਹੇ ਹੋਣਗੇ ਜਾਂ ਵਰਕ ਪਰਮਿਟ ਦੇ ਉੱਤੇ ਹੋਣਗੇ ਇਹ ਨੰਬਰ ਵੱਧ ਕੇ 2027 ਤੱਕ 1.4 million ਟੱਚ ਕਰਨ ਦੀ ਉਮੀਦ ਹੈਗੀ ਹੈ ਬਿਕੋਜ਼ ਗਵਰਨਮੈਂਟ ਦੇ ਡਾਟਾਜ਼ ਇਹੀ ਸੁਜੈਸਟ ਕਰ ਰਹੇ ਨੇ ਕਿ ਵੀ ਆਰ ਹੈਡਿੰਗ ਟੁਵਰਡਸ ਦੈਟ ਡਾਇਰੈਕਸ਼ਨ ਸੋ ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਬਾਹਰ ਨਿਕਲ ਜਾਈਏ ਜਾਂ ਈਵਨ ਅਸੀਂ ਜੀ ਟੀ ਏ ਦੀ ਗੱਲ ਕਰੀਏ ਈਵਨ ਹਾਊਸਿੰਗ ਵੀ ਇਸ ਟਾਈਮ ਤੇ ਐਗਜ਼ਿਸਟਿੰਗ ਨੰਬਰਸ ਨੂੰ ਸਪੋਰਟ ਨਹੀਂ ਕਰ ਰਹੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਨੰਬਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟਸ ਦੇ ਹੈਗੇ ਨੇ ਜਾਂ 4,65,000 ਇਮੀਗ੍ਰੈਂਟਸ ਦੇ ਹੈਗੇ ਨੇ ਜਾਂ 4,85,000 ਦੇ ਇਮੀਗ੍ਰੈਂਟਸ ਦੇ ਹੈਗੇ ਨੇ ਨੈਕਸਟ ਈਅਰ ਜਾਂ 5,00,000 ਦੇ ਹੈਗੇ ਨੇ 2025 ਦੇ ਵਿੱਚ ਉਹ ਕਿਸ ਤਰ੍ਹਾਂ ਹਾਊਸਿੰਗ ਸਾਡੀ ਉਹਨੂੰ ਸਸਟੇਨ ਕਰ ਪਾਏਗੀ ਸੋ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੈਗੇ ਐਬਸੋਲਿਊਟਲੀ ਦਿਸ ਇਜ਼ ਫੂਡ ਫੋਰ ਥੋਟ ਐਂਡ ਗਵਰਮੈਂਟ ਹੈਜ਼ ਟੂ ਸੀਰੀਅਸਲੀ ਕੰਸਿਡਰ ਕਿ ਅਸੀਂ ਜਿੰਨੇ ਅਗਰੈਸਿਵਲੀ ਨੰਬਰਸ ਨੂੰ ਟਾਰਗੇਟ ਕਰ ਰਹੇ ਹਾਂ ਸਟੂਡੈਂਟਸ ਨੂੰ ਟਾਰਗੇਟ ਕਰ ਰਹੇ ਹਾਂ ਅਸੀਂ ਉਹਨਾਂ ਦੀ ਜੋਬਸ ਉਹਨਾਂ ਦੀ ਹਾਊਸਿੰਗ ਨੂੰ ਉਸੇ ਤਰ੍ਹਾਂ ਮੈਚ ਕਰ ਪਾ ਰਹੇ ਹਾਂ ਜਾਂ ਨਹੀਂ ਕਰ ਪਾ ਰਹੇ ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ ਵੀ ਮੈਂ ਕਹੂੰਗਾ ਕਿ ਸਾਡੇ ਕੋਲ ਬਹੁਤ ਸਾਰੀਆਂ ਓਪਨਿੰਗਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਆਊਟਸਾਈਡ ਜੀ ਟੀ ਏ ਹੈਗੀਆਂ ਬਟ ਉੱਥੇ ਹਾਊਸਿੰਗ ਸਪੋਰਟ ਹੀ ਨਹੀਂ ਕਰ ਪਾ ਰਹੀ ਉੱਥੇ ਆਕੂਪੈਂਸੀ ਵਾਸਤੇ ਉਹਨਾਂ ਕੋਲ ਘਰ ਹੀ ਨਹੀਂ ਹੈਗੇ ਬੱਚੇ ਜਾ ਕੇ ਕੰਮ ਕਿੱਥੇ ਕਰਨਗੇ ਰਹਿਣਗੇ ਕਿੱਥੇ ਕੰਮ ਜੋਬਸ ਤੇ ਅਵੇਲੇਬਲ ਹੈਗੀਆਂ ਬਟ ਇੰਪਲੋਇਰਸ ਡੈਸਪਰੇਟਲੀ ਵੇਟ ਕਰ ਰਹੇ ਨੇ ਬਟ ਉਹ ਬੱਚਿਆਂ ਨੇ ਰਹਿਣਾ ਕਿੱਥੇ ਹੈਗਾ ਸੋ ਆਹ ਜੋ ਥੋੜ੍ਹੀ ਜਿਹੀਆਂ ਚੀਜ਼ਾਂ ਹੈਗੀਆਂ ਆਈ ਥਿੰਕ ਇਹਨੂੰ ਐਡਰੈਸ ਕਰਨਾ ਇਸ ਟਾਈਮ ਤੇ ਬਹੁਤ ਇੰਪੋਰਟੈਂਟ ਹੋਇਆ ਹੋਇਆ ਸੀਬੀਸੀ ਦੀ ਇੱਕ ਰਿਪੋਰਟ ਦਾ ਮੈਂ ਤੁਹਾਨੂੰ ਹਵਾਲਾ ਦੇ ਰਹੀ ਸੀ ਜਿਹਦੇ ਵਿੱਚ ਨੋਵਾ ਸਕੋਸ਼ੀਆ ਦੇ ਵੱਲੋਂ ਜਿਹੜੇ ਆ ਕਾਫੀ ਮਿਲੀਅਨ ਡਾਲਰਸ ਜਿਹੜੇ ਆ ਉਹ ਇਨਵੈਸਟ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਇਸ ਸੈਕਟਰ ਦੇ ਵਿੱਚ ਸੋ ਉਹਨਾਂ ਨੇ ਕਿਹਾ ਵਾ ਕਿ ਵੀ ਅਸੀਂ ਵੀ ਕੁਝ ਵੇਵਸ ਵੀ ਕੀਤੀਆਂ ਨੇ ਉਹਨਾਂ ਨੇ ਕਿ ਵੀ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਆ ਕਿ ਜੇਕਰ ਉਹ ਇਸ ਫੀਲਡ ਦੇ ਵਿੱਚ ਸਪੈਸੀਫਿਕਲੀ ਆਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਝ ਜਿਹੜੀਆਂ ਛੋਟਾਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਨੋਵਾ ਸਕੋਸ਼ੀਆ ਹੁਣ ਬੜੀ ਡੈਸਪਰੇਟਲੀ ਇਸ ਪਾਸੇ ਵੱਲ ਵਧ ਰਿਹਾ ਕਿ ਇਮੀਗ੍ਰੈਂਟਸ ਨੂੰ ਆਪਣੇ ਵੱਲ ਅਟਰੈਕਟ ਕੀਤਾ ਜਾਵੇ ਤੇ ਖਾਸ ਤੌਰ ਤੇ ਟ੍ਰੇਡ ਦੇ ਵਿੱਚ ਜਿਹੜਾ ਆ ਜੇ ਕੋਈ ਹੈ ਕਿਸੇ ਕੋਲ ਮਹਾਰਤ ਹੈਗੀ ਆ ਤਾਂ ਉਹਨੂੰ ਕਿਉਂ ਨਾ ਅਪਰਚੁਨਿਟੀ ਨੂੰ ਗ੍ਰੈਬ ਕਰੀਏ ਬਿਲਕੁਲ ਤਰਨ ਜੀ ਐਬਸੋਲੂਟਲੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਇਸ ਟਾਈਮ ਤੇ ਨੋਵਾ ਸਕੋਸ਼ੀਆ ਹੈਜ਼ ਬੀਨ ਵਨ ਪ੍ਰੋਵਿੰਸ ਜਿਹਨੇ ਬੜੇ ਅਗਰੈਸਿਵਲੀ ਏ ਆਈ ਪੀ ਪ੍ਰੋਗਰਾਮ ਨੂੰ ਲੈ ਕੇ ਗਏ ਸੀਗੇ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਸੀਗਾ ਉਸ ਟਾਈਮ ਤੇ ਉਹਨੂੰ ਬੜਾ ਅਗਰੈਸਿਵਲੀ ਲਿੱਤਾ ਸੀਗਾ ਐਂਡ ਉਹਦੇ ਕਰਕੇ ਉਹਨਾਂ ਦੀ ਪਾਪੂਲੇਸ਼ਨ ਵੀ ਮਿਲੀਅਨ ਕ੍ਰੋਸ ਕੀਤੀ ਸੀਗੀ ਰਾਈਟ ਤੇ ਕਿਉਂਕਿ ਉਹ ਅਟਰੈਕਟ ਕਰ ਰਹੇ ਸੀਗੇ ਹੁਣ ਉਹ ਦੇ ਆਰ ਡੈਸਪਰੇਟਲੀ ਆਫਟਰ ਦ ਟਰੇਡ ਵਰਕਰਸ ਸੋ ਟਰੇਡਸ ਦੇ ਵਿੱਚ ਅਸੀਂ ਵੈਲਡਰਸ ਦੀ ਗੱਲ ਕਰ ਲਈਏ ਕਾਰਪੈਂਟਰਸ ਦੀ ਗੱਲ ਕਰ ਲਈਏ ਇਲੈਕਟ੍ਰੀਸ਼ੀਅਨਸ ਦੀ ਗੱਲ ਕਰ ਲਈਏ ਪਲੰਬਰਸ ਦੀ ਗੱਲ ਕਰ ਲਈਏ ਦੇ ਡੈਸਪਰੇਟਲੀ ਵਾਂਟ ਟੂ ਸੀਕ ਦੋਜ਼ ਆਕੂਪੇਸ਼ਨਸ ਸੋ ਉਹਨਾਂ ਨੇ ਉਹਦੇ ਵਾਸਤੇ 100 million ਦੇ ਆਸ ਪਾਸ ਤਰਨ ਜੀ ਉਹ ਬਜਟ ਵੀ ਰੱਖਿਆ ਐਂਡ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਅਰਾਊਂਡ 40 million ਦੇ ਇਜ਼ ਆਲ ਅਵੇਲੇਬਲ ਫੋਰ ਦੈਟ ਸੋ ਇਸ ਟਾਈਮ ਤੇ ਗਵਰਨਮੈਂਟਸ ਇਹੋ ਜਿਹੇ ਬਜਟਸ ਲੈ ਕੇ ਆ ਰਹੇ ਨੇ ਅਗਰੈਸਿਵ ਮਾਰਕੀਟਿੰਗ ਸਟ੍ਰੈਟਜੀਜ਼ ਲੈ ਕੇ ਆ ਰਹੇ ਨੇ ਅਗਰੈਸਿਵਲੀ ਇਹੋ ਜਿਹੇ ਆਕੂਪੇਸ਼ਨ ਨੂੰ ਸੀਕ ਕਰ ਰਹੇ ਨੇ ਤਾਂ ਕਿ ਜਿਹੜੀਆਂ ਇਸ ਆਕੂਪੇਸ਼ਨ ਦੀਆਂ ਸ਼ੋਰਟੇਜਿਸ ਹੈਗੀਆਂ ਉਹ ਫਿਲ ਕੀਤੀਆਂ ਜਾ ਸਕਣ ਅੱਜ ਤਰਨ ਜੀ ਇੱਕ ਹੋਰ ਇੰਪਲੀਮੈਂਟੇਸ਼ਨ ਹੋਇਆ
कि फिलीपींस वास्ते एक स्पेशल पायलट शुरू किया गया है। सो उस पायलट दे विच की हैगा कि जिहड़े एम्पलॉयर स्ट्रेट अवे जाके उत्थे रिक्रूट करना चाहते हैं फिलीपींस तो वह कर सकते हैं। सो उन्होंने कुछ इंडस्ट्रीज भी टारगेट की, जिस तरह उन्होंने हेल्थ केयर किया, कंस्ट्रक्शन किया, लेबर किया, तो ट्रेड्स किया। ऐसे इंडस्ट्री के कोई इंपलॉयर हैगा जी सारी प्रैक्टिस फॉलो करता है रिक्रूटमेंट प्रैक्टिस, वह उत्थे जाके ईवन जे उहदे विच हैगा कि सपोज तुहानू 50 एप्लीकेंट्स चाहिए ने इको इंपलॉयर, सो 50 प्लस एप्लीकेंट्स चाहिए ने, तो तुहाडे वास्ते तुसी डायरेक्ट ब्लैंकेट बायोमैट्रिक्स की अपॉइंटमेंट्स लै सकते हो, मेडिकल की अपॉइंटमेंट लै सकते हो। सो यहोजी सहूलत दी गई है। सो एब्सोल्युटली गवर्नमेंट इज वर्किंग ऑन इट, बट टारगेटेड कंट्रीज जिहड़ियां हैगियां ओह इस टाइम ते इहदे विच फिलीपींस हैगी है तरन जी। सो नाल ही कहिंदे पेरेंट्स दीआं वी लॉटरियां निकलनियां शुरू हो चुकियां ने, सो बहुत लक्की ने जिन्हां नूं इस वक्त लॉटरी च नाम आ चुके आ। तरन जी कोई शक नहीं, इस टाइम ते 10 अक्टूबर तो इनविटेशन आ रहे ने, सो आज 23 अक्टूबर तक इनविटेशन आने ने, सो आज 19 तरीक हो गई है, सो 3 दिन होर आ रहे ने। सो जेडे भी दोस्त ने अपने भाई भैन ने अपने पेरेंट्स नू ग्रैंड पेरेंट्स नू स्पोंसर करन वास्ते 2020 दे अक्टूबर दे विच प्रोफाइल क्रिएट किया सीगा, एक्सप्रेशन ऑफ इंटरस्ट क्रिएट किया सीगा, ओह अपनी ईमेल्स नू चंगी तरह वॉच करन, जे अपने कंसल्टेंट दे कोलों भी किया सीगा ते उहदे तो फॉलोअप जरूर लैण, एंड जे ईमेल आई डी कोई डिफरेंट यूज ਕੀਤੀ ਸੀਗਾ ਉਹ ਮੇਕ ਸ਼ੋਰ ਕਿ ਤੁਹਾਡੇ ਕੋਲ ਐਕਸੈਸ ਜ਼ਰੂਰ ਹੋਵੇ ਉਸ ਈਮੇਲ ਦਾ ਜਿਹਦੇ ਵਿੱਚ ਇਨਵੀਟੇਸ਼ਨਸ ਆਏ ਹੈਗੇ ਨੇ। ਸੋ ਕਿਤੇ ਤੁਸੀਂ ਲੱਕੀ ਵਨ ਵੀ ਹੋ ਕਿਤੇ ਮਿਸ ਨਾ ਕਰ ਜਾਇਆ ਜੇ, ਐਂਡ ਨਾਓ ਇਜ਼ ਦਾ ਟਾਈਮ ਕਿ ਤੁਸੀਂ ਕੰਪਲੀਟ ਐਪਲੀਕੇਸ਼ਨ ਸਬਮਿਟ ਕਰੋ, ਐਂਡ ਉਸ ਐਪਲੀਕੇਸ਼ਨ ਸਬਮਿਟ ਕਰਨ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਹੈਗੀਆਂ ਡਾਕੂਮੈਂਟੇਸ਼ਨ। ਐਂਡ ਤਰਨ ਜੀ ਇੱਕ ਹੋਰ ਜਿਹੜੀ ਇਨਕਮ ਰਿਕੁਆਇਰਮੈਂਟ ਹੈਗਾ ਉਹ ਘਟਾਈ ਗਈ ਹੈਗੀ ਹੈ 2021 ਵਾਸਤੇ। ਸੋ ਉਹ ਨੰਬਰ ਥੱਲੇ ਆਏ ਨੇ, 6 ਅਕਤੂਬਰ ਤੋਂ ਹੀ ਆ ਇੰਪਲੀਮੈਂਟੇਸ਼ਨ ਹੋਇਆ। ਸੋ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਸਪੋਂਸਰ ਕੀਤਾ, ਗ੍ਰੈਂਡ ਪੇਰੈਂਟਸ ਨੂੰ ਸਪੋਂਸਰ ਕੀਤਾ, ਤੇ ਯੂ ਸ਼ੁੱਡ ਬੀ ਹੈਪੀ ਬਿਕੋਜ਼ ਉਹ 2 ਸਾਲਾਂ ਦੇ ਬਿਕੋਜ਼ ਕੋਵਿਡ ਕਰਕੇ ਜਿਹੜੀਆਂ ਇਨਕਮਸ ਲੋਕਾਂ ਦੀਆਂ ਘਟੀਆਂ ਸੀਗੀਆਂ ਉਹਨੂੰ ਗਵਰਨਮੈਂਟ ਨੇ ਐਡਰੈਸ ਕਰਨ ਦੀ ਉਸ ਚੀਜ਼ ਨੂੰ ਕੋਸ਼ਿਸ਼ ਕੀਤੀ ਹੈਗੀ। ਸਰ ਜਿਨ੍ਹਾਂ ਨੂੰ ਇਨਵੀਟੇਸ਼ਨਸ ਆ ਗਏ ਆ ਤਾਂ ਅਗਲਾ ਸਟੈਪ ਕੀ ਹੋ ਸਕਦਾ? ਤੁਸੀਂ ਕਿਹਾ ਕਿ ਜਿਹੜੀ ਕੰਪਲੀਸ਼ਨ ਆਫ ਦਾ ਫਾਈਲ ਬਹੁਤ ਜ਼ਰੂਰੀ ਹੈਗੀ ਆ, ਤੇ ਇਸ ਤੋਂ ਬਾਅਦ ਜਿਨ੍ਹਾਂ ਨੂੰ ਨਾਮ ਨਹੀਂ ਆਏ ਹੈਗੇ ਉਹਨਾਂ ਲਈ ਕੀ ਆਪਸ਼ਨਸ ਹੋ ਸਕਦੇ ਆ? ਸਰ ਜੀ ਪਹਿਲੇ ਤਾਂ ਜਿਨ੍ਹਾਂ ਕੋਲ ਆਏ ਆ 24,200 ਇਹੋ ਜਿਹੇ ਐਪਲੀਕੈਂਟਸ ਹੋਣਗੇ ਜਿਹੜੇ ਲੱਕੀ ਜਿਨ੍ਹਾਂ ਕੋਲ ਆਏ ਨੇ। ਸੋ ਉਹ ਐਪਲੀਕੈਂਟਸ ਆਪਣੇ ਡਾਕੂਮੈਂਟੇਸ਼ਨ ਤਿਆਰ ਕਰਕੇ, ਬਿਕੋਜ਼ 60 ਡੇਜ਼ ਦਾ ਤੁਹਾਨੂੰ ਟਾਈਮ ਦਿੱਤਾ ਜਾ ਰਿਹਾ ਡਿਸੰਬਰ ਦੇ ਐਂਡ ਤੱਕ ਦਾ ਕਿ ਤੂੰ ਸਬਮਿਟ ਦੀਸ ਪ੍ਰੋਫਾਈਲਸ ਦੀਸ ਫਾਈਲਸ, ਐਂਡ ਜੇ ਤੁਸੀਂ ਪ੍ਰੋਫੈਸ਼ਨਲੀ ਹੈਂਡਲ ਕਰ ਸਕਦੇ ਹੋ ਤਾਂ ਹੀ ਕਰਿਆ ਜੇ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ। ਤੁਸੀਂ ICC ਇਮੀਗ੍ਰੇਸ਼ਨ 'ਤੇ ਸਾਨੂੰ ਕਾਲ ਕਰ ਸਕਦੇ ਹੋ ਜਾਂ ਕਿਸੇ ਵੀ ਹੋਰ ਕੰਸਲਟੈਂਟ ਲੋਅਰ ਨੂੰ ਕਾਲ ਕਰਕੇ ਅਪੁਆਇੰਟਮੈਂਟ ਸੈੱਟ ਕਰਕੇ ਮੇਕ ਸ਼ੋਰ ਇਟ ਇਜ਼ ਡਨ ਪ੍ਰੋਪਰਲੀ। ਉਸ ਤੋਂ ਬਾਅਦ ਜਿਹੜੇ ਦੋਸਤਾਂ ਨੂੰ ਇਮੀਗ੍ਰੇਸ਼ਨ ਫਾਈਲ ਨਹੀਂ ਆਈ, ਪਿਕ ਨਹੀਂ ਹੋਈ ਉਹਨਾਂ ਦੀ, ਕੇਸ ਪਿਕ ਨਹੀਂ ਹੋਇਆ, ਸੋ ਦੇ ਵਿਲ ਹੈਵ ਟੂ ਵੇਟ ਐਂਡ ਵਾਚ, ਐਂਡ ਤਾਂ ਤੱਕ ਐਕਸਪ੍ਰੈਸ ਸੁਪਰ ਵੀਜ਼ਾ ਦਾ ਫਾਇਦਾ ਲੈਣ ਤਾਂ ਕਿ ਪੇਰੈਂਟਸ ਉਹਨਾਂ ਦੇ ਕੋਲ ਸੁਪਰ ਵੀਜ਼ਾ 'ਤੇ ਆ ਸਕਣ ਜੀ। ਸੋ ਥੋੜ੍ਹੀ ਜਿਹੀ ਹੁਣ ਆਪਾਂ ਗੱਲ ਕਰ ਲਈਏ ਉਸ ਪਟੀਸ਼ਨ ਦੀ ਜਿਹੜੀ ਕਿ ਅੱਜ ਹੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆਈ ਹੈ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਜਿਹੜੀ ਇੱਕ ਪਟੀਸ਼ਨ ਪਾਈ ਗਈ ਆ ਜਿਹਦਾ ਕਿ PGWP 52 ਨਾਮ ਦਿੱਤਾ ਗਿਆ। ਸੋ ਇਹਦੇ ਵਿੱਚ ਇਹ ਮੰਗ ਰੱਖੀ ਜਾ ਰਹੀ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਆ ਇਹਦੀ ਮਿਆਦ ਵਧਾ ਕੇ ਘੱਟੋ ਘੱਟ 5 ਸਾਲ ਕਰ ਦਿੱਤੀ ਜਾਵੇ, ਜੋ ਕਿ ਆਮ ਤੌਰ 'ਤੇ ਤੁਹਾਡੀ ਐਜੂਕੇਸ਼ਨ ਨੂੰ ਦੇਖਦੇ ਹੋਏ, ਤੁਹਾਡੀ ਪੜ੍ਹਾਈ ਨੂੰ ਦੇਖਦੇ ਹੋਏ 2 ਜਾਂ 3 ਸਾਲ ਦਾ ਦਿੱਤਾ ਜਾਂਦਾ ਆ ਵਰਕ ਪਰਮਿਟ। ਸੋ ਇਹ ਕਿਹਾ ਜਾ ਰਿਹਾ ਕਿ ਹੁਣ ਇਹ ਵਰਕ ਪਰਮਿਟ ਜਿਹੜਾ 5 ਸਾਲ ਤੱਕ ਕੀਤਾ ਜਾਵੇ। ਹਾਲਾਂਕਿ ਸਰ ਮੈਨੂੰ ਇਹ ਅਜੇ ਜਾਣਕਾਰੀ ਨਹੀਂ ਹੈ ਕਿ ਵੀ ਇਹ ਜਿਹੜਾ 5 ਸਾਲ ਦਾ ਮੰਗ ਕੀਤੀ ਗਈ ਹੈ ਸਿਰਫ ਉਹਨਾਂ ਲਈ ਕੀਤੀ ਗਈ ਹੈ ਜਿਨ੍ਹਾਂ ਦੇ ਅਗਲੇ ਸਾਲ ਐਕਸਪਾਇਰ ਹੋ ਰਹੇ ਨੇ, ਜਾਂ ਓਵਰਆਲ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਅਮੈਂਡਮੈਂਟਸ ਕਰਨ ਦੀ ਕੋਸ਼ਿਸ਼ ਕਰਨ ਦੀ ਗੱਲ ਕੀਤੀ। ਨਹੀਂ ਜੀ, ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਵੀ ਬੱਚਾ ਇੱਥੇ 2 ਸਾਲ ਪੜ੍ਹਾਈ ਕਰੇ, ਓਕੇ, ਉਹ 3 ਸਾਲ ਦੀ ਜਗ੍ਹਾ 5 ਸਾਲ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੋ ਗਏ। ਸੋ ਉਸ ਚੀਜ਼ ਨੂੰ ਇਹ ਪੁੱਟ ਅਪ ਕੀਤਾ ਗਿਆ। ਸੋ ਪਹਿਲੇ change.org ਤੇ ਆ ਇੱਕ ਪਟੀਸ਼ਨ ਚੱਲੀ ਸੀਗੀ, ਸੋ ਉਸ ਤੋਂ ਬਾਅਦ ਇੱਕ ਸਰਟਨ ਨੰਬਰ ਆਫ ਸਿਗਨੇਚਰਸ ਤੋਂ ਬਾਅਦ ਰੂਬੀ ਸੋਤਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈਗੇ ਨੇ, ਸ਼ੀ ਹੈਜ਼ ਪੁੱਟ ਦਿਸ ਅਪ ਇਨ ਦਾ ਪਾਰਲੀਮੈਂਟ, ਐਂਡ ਹੁਣ ਅੱਜ ਦੀ ਤਰੀਕ ਦੇ ਵਿੱਚ ਉਹ ਪਾਰਲੀਮੈਂਟ ਦੇ ਉੱਤੇ ਆ ਗਈ ਹੈਗੀ ਹੈ। ਸੋ ਅੱਜ ਜੇ ਤੁਸੀਂ ਸਾਈਨ ਕਰਨਾ ਚਾਹੋ ਇਸ ਚੀਜ਼ ਦੇ ਉੱਤੇ, ਤਾਂ ਤੁਸੀਂ ਜਾ ਕੇ ਫੇਸਬੁੱਕ ਉਹ ਪਾਰਲੀਮੈਂਟ ਦੇ ਪੇਜ ਦੇ ਉੱਤੇ ਜਾ ਕੇ ਐਡਰੈਸ ਕਰ ਸਕਦੇ ਹੋ, ਆਪਣਾ ਸਾਈਨ ਸਿਗਨੇਚਰਸ ਪਾ ਸਕਦੇ ਹੈਗੇ ਹੋ, ਉਸ ਪਟੀਸ਼ਨ ਨੂੰ ਸਾਈਨ ਕਰ ਸਕਦੇ ਹੋ, ਤੁਹਾਨੂੰ ਈਮੇਲ ਆਏਗੀ ਤੁਹਾਡੇ ਅਕਾਊਂਟ ਦੇ ਵਿੱਚ, ਉਹ ਤੁਸੀਂ ਅਪਰੂਵ ਕਰਨੀ ਹੈਗੀ। ਸੋ ਇਹ ਚੀਜ਼ਾਂ ਚੱਲ ਰਹੀਆਂ ਹੈਗੀਆਂ। ਸੋ ਇੱਕੋ ਚੀਜ਼ ਕਿ ਆਈ ਡੋਂਟ ਨੋ ਹਾਊ ਫਾਰ ਦਿਸ ਵਿਲ ਗੋ, ਬਟ ਐਬਸੋਲੂਟਲੀ ਦੇਰ ਇਜ਼ ਨੋ ਹਾਰਮ ਇਨ ਆਸਕਿੰਗ ਫਾਰ ਸਮਥਿੰਗ। ਸੋ ਜੇ ਕਹਿੰਦੇ ਆ ਜੇ ਮੰਗੋਗੇ ਨਹੀਂ ਤਾਂ ਮਿਲੇਗਾ ਨਹੀਂ, ਪਰ ਜਿਹੜੇ ਇਹਨਾਂ ਦੇ ਹੁਣ 2024 ਦੇ ਵਿੱਚ ਸਟਾਰਟਿੰਗ ਦੇ ਵਿੱਚ ਅਰਲੀ ਦੇ ਵਿੱਚ ਮਤਲਬ ਫਸਟ 4 ਮੰਥਸ ਦੇ ਵਿੱਚ ਐਕਸਪਾਇਰ ਹੋ ਰਹੇ ਆ,
ਉਹਨਾਂ ਦੇ ਲਈ ਕੀ ਆਪਸ਼ਨਸ ਬਚ ਰਹੇ ਹਨ? ਤਰਨ ਜੀ ਐਬਸੋਲੂਟਲੀ ਹਾਲੇ ਤੱਕ ਕੋਈ ਅਪਡੇਟ ਨਹੀਂ ਹੈਗੀ ਉਹਨਾਂ ਸਟੂਡੈਂਟਸ ਵਾਸਤੇ ਜਿਨ੍ਹਾਂ ਦੇ ਅਗਲੇ 4 ਮਹੀਨਿਆਂ ਦੇ ਜਾਂ 6 ਮਹੀਨਿਆਂ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਐਕਸਪਾਇਰ ਹੋਣ, ਜਿਨ੍ਹਾਂ ਦੇ 31 ਦਸੰਬਰ ਤੱਕ ਹੋ ਰਹੇ ਤੇ ਉਹ ਤਾਂ ਸਾਰਿਆਂ ਨੂੰ ਬਲੈਂਕਟ 18-18 ਮਹੀਨੇ ਦੀ ਐਕਸਟੈਂਸ਼ਨਸ ਮਿਲ ਗਈ ਹੁਣ। ਬਹੁਤ ਸਾਰੇ ਬੱਚੇ ਵੇਟ ਕਰ ਰਹੇ ਨੇ ਅਗਲੇ ਕਿ ਸਾਨੂੰ ਵੀ ਐਕਸਟੈਂਸ਼ਨਸ ਮਿਲ ਜਾਣਗੀਆਂ, ਬਟ ਉਹਦੇ ਤੇ ਹਾਲੇ ਕੋਈ ਵੀ ਡਿਸੀਜਨ ਆਇਆ ਨਹੀਂ ਹੈਗਾ। ਜਦ ਤੱਕ ਡਿਸੀਜਨ ਨਹੀਂ ਆਉਂਦਾ ਨਥਿੰਗ ਇਜ਼ ਆਫੀਸ਼ੀਅਲ। ਸੋ ਤਾਂ ਤੱਕ ਤੁਹਾਨੂੰ ਇੱਕੋ ਹੀ ਚੀਜ਼ ਕਹੂੰਗਾ ਕਿ ਆਪਣੇ ਆਪਣੇ ਇੰਪਲੋਇਰ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨੂੰ ਕਹੋ ਕਿ ਤੁਹਾਨੂੰ LMIA ਦੀ ਐਪਲੀਕੇਸ਼ਨ ਵਾਸਤੇ ਸਪੋਰਟ ਕਰਨ, ਬਿਕੋਜ਼ ਉਹਦੇ ਦੋ ਐਡਵਾਂਟੇਜਸ ਹੋਣਗੇ। ਇੱਕ ਤਾਂ 2 ਸਾਲ ਦਾ ਤੁਹਾਨੂੰ ਵਰਕ ਪਰਮਿਟ ਐਕਸਟੈਂਡ ਹੋ ਜਾਏਗਾ, ਦੂਸਰਾ ਤੁਹਾਡੇ 50 ਐਕਸਟਰਾ ਪੁਆਇੰਟਸ ਤੁਹਾਨੂੰ ਮਿਲ ਜਾਣਗੇ ਜਿਹਦੇ ਨਾਲ ਤੁਸੀਂ ਇੱਥੇ ਰਹਿੰਦਿਆਂ ਹੋਇਆ CC ਦੇ ਵਿੱਚ ਆਰਾਮ ਨਾਲ ਤੁਹਾਡੀ ਕੁਆਲੀਫਿਕੇਸ਼ਨ ਦੇ ਵਿੱਚ ਉਹ ਬੈਟਰ ਹੋ ਜਾਏਗਾ। ਸਰ ਜਿਵੇਂ ਤੁਸੀਂ ਗੱਲ ਕੀਤੀ ਹੋਣੀ ਲਾਈਕ ਲਗਭਗ ਪੈਂਡੈਮਿਕ ਤੋਂ ਬਾਅਦ 2020-21-22 ਤੇ ਲਗਾਤਾਰ ਐਕਸਟੈਂਸ਼ਨ ਤੇ ਐਕਸਟੈਂਸ਼ਨ ਮਿਲ ਰਹੀ ਹੈ, ਸੋ ਇਸ ਕਰਕੇ ਵੀ ਘੱਟੋ ਘੱਟ ਬੈਕਲੌਗ ਜਿਹੜਾ ਹੈਗਾ ਉਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾ ਸਕੇ। ਬੈਕਲੌਗ ਹੁਣ ਵੀ ਕਾਫੀ ਹੈਗਾ ਤਾਂ ਕੀ ਅਸੀਂ ਇਹ ਵੀ ਐਕਸਪੈਕਟ ਕਰ ਸਕਦੇ ਹਾਂ ਕਿ 2024 'ਚ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਆ ਸ਼ਾਇਦ ਉਹਨਾਂ ਨੂੰ ਕੋਈ ਐਕਸਟੈਂਸ਼ਨ ਹੋਰ ਮਿਲ ਜਾਵੇ? ਤਰਨ ਜੀ ਓਨਲੀ ਟਾਈਮ ਵਿਲ ਟੈਲ। ਐਬਸੋਲੂਟਲੀ ਐਕਸਪੈਕਟੇਸ਼ਨ ਤਾਂ ਬਹੁਤ ਕੁਝ ਹੁੰਦੀਆਂ ਹੈਗੀਆਂ। ਮੈਂ ਵੀ ਚਾਹੁੰਦਾ ਕਿ ਮੇਰੇ ਕੋਲ ਆਵਰੀ ਚੀਜ਼ ਆ ਜਾਵੇ, ਰਾਈਟ? ਤੋਂ ਐਕਸਪੈਕਟੇਸ਼ਨਸ ਹੈਗੀਆਂ। ਗਵਰਨਮੈਂਟ ਦਾ ਡਿਸੀਜ਼ਨ ਹੈਗਾ ਐਕਚੁਅਲੀ ਉਹ ਕੀ ਇੰਪਲੀਮੈਂਟ ਕਰਨ ਜਾਣਗੇ ਜਾਂ ਨਹੀਂ ਜਾਣਗੇ। ਸੋ ਐਬਸੋਲੂਟਲੀ ਮੰਗਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਪਟੀਸ਼ਨ ਪੁੱਟਅਪ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਆਪਣੇ ਮੈਂਬਰ ਪਾਰਲੀਮੈਂਟ ਮਿਲਣ ਨਾਲ ਕੋਈ ਹਰਜ ਨਹੀਂ ਹੈਗਾ, ਬਿਕੋਜ਼ ਯੂ ਮਾਈਟ ਹੀਅਰ ਸਮਥਿੰਗ ਬੈਕ, ਬਿਕੋਜ਼ ਗਵਰਨਮੈਂਟ ਮਾਈਟ ਹੈਵ ਡਿਸਾਈਡਡ ਇਹਦੇ ਉੱਤੇ, ਜਿਹਦਾ ਆਫੀਸ਼ੀਅਲੀ ਹਾਲੇ ਕੋਈ ਵੀ ਅਪਡੇਟ ਅਲਾ ਆਇਆ ਨਹੀਂ ਹੈਗਾ, ਬਟ ਆਉਣ ਦੀ ਉਮੀਦ ਹੋ ਸਕਦੀ ਹੈਗੀ ਹੈ। ਥੋੜ੍ਹੀ ਜਿਹੀ 2020 ਦੀਆਂ ਆਪਾਂ ਨੈਨੀ ਦੀਆਂ ਫਾਈਲਸ ਦੇ ਬਾਰੇ ਵੀ ਗੱਲਬਾਤ ਕਰ ਲਈਏ, ਜਿਹਨੂੰ ਲੈ ਕੇ ਲਗਾਤਾਰ ਸਾਨੂੰ ਵੀ ਕਾਫੀ ਸਵਾਲ ਆ ਰਹੇ ਨੇ ਅਤੇ ਇਹ ਕਿਹਾ ਜਾ ਰਿਹਾ ਕਿ ਵੀ ਜਿਵੇਂ ਗਵਰਨਮੈਂਟ ਕਿਸ ਤਰੀਕੇ ਨਾਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਕੰਮ ਕਰ ਰਿਹਾ, ਕਿਉਂਕਿ ਜਦੋਂ ਨੈਨੀ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਆਪਾਂ ਇਹ ਸੋਚਦੇ ਹਾਂ ਕਿ ਵੀ ਉਸ ਪਰਸਨ ਨੂੰ ਇਮੀਡੀਏਟਲੀ ਨੈਨੀ ਦੀ ਜ਼ਰੂਰਤ ਹੈਗੀ ਆ ਤਾਂ ਅਪਲਾਈ ਕੀਤਾ ਜਾ ਰਿਹਾ ਜਾਂ ਸਪੋਂਸਰ ਕੀਤਾ ਜਾ ਰਿਹਾ ਕਿਸੇ ਨੂੰ, ਪਰ 2020 ਐਪਲੀਕੇਸ਼ਨਸ ਦਾ ਬਹੁਤਿਆਂ ਦਾ ਹਜੇ ਕੋਈ ਰਿਜ਼ਲਟ ਨਹੀਂ ਆ ਰਿਹਾ ਅਤੇ 2022 ਜਾਂ 2023 ਦੀਆਂ ਵੀ ਕਈ ਐਪਲੀਕੇਸ਼ਨਸ ਦੇ ਉੱਤੇ ਜਿਹੜਾ ਵਰਕ ਕੀਤਾ ਜਾ ਰਿਹਾ, ਸੋ ਇਹ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਜਾਂ 2020 ਦੀਆਂ ਐਪਲੀਕੇਸ਼ਨਸ ਨੂੰ ਕੁਝ ਵੱਖਰੇ ਤਰੀਕੇ ਨਾਲ ਦੇਖਿਆ ਜਾ ਰਿਹਾ? ਨਹੀਂ ਤਰਨ ਜੀ, ਹਾਲੇ ਬੈਕਲੌਗ ਦੇ ਵਿੱਚ ਪਈਆਂ ਐਪਲੀਕੇਸ਼ਨਸ ਦੀ ਤੋਂ ਕਾਫੀ ਬੈਕਲੌਗ ਵਧਿਆ ਹੋਇਆ। ਸੋ ਕੇਅਰ ਗਿਵਰ ਦੀ ਐਪਲੀਕੇਸ਼ਨਸ 20 ਦੀਆਂ ਵੀ ਪੈਂਡਿੰਗ ਹੈਗੀਆਂ, 21 ਦਾ ਵੀ ਪੈਂਡਿੰਗ ਹੈਗੇ, 22 ਦੀਆਂ ਵੀ ਪੈਂਡਿੰਗ। ਸੋ ਇਟਸ ਨਾਟ ਵਰਕਿੰਗ ਲਾਈਕ ਕਿ ਫਸਟ ਕਮ ਫਸਟ ਸਰਵ, ਜਿਹੜਾ ਮਰਜ਼ੀ ਫਾਈਲ ਹੱਥ 'ਚ ਆ ਗਈ ਤੇ ਕੰਮ ਨੂੰ ਚੱਕ ਲਿਆ। ਟੈਕਨੀਕਲੀ ਤੇ ਇਸੇ ਤਰ੍ਹਾਂ ਹੀ ਸੀਗਾ ਕਿ ਇਸੇ ਵਾਸਤੇ ਆ ਕੈਗ ਦੇ ਜਿਹੜੀ ਰਿਪੋਰਟ ਆਫੀਸਰ ਆਫ ਜਿਹੜੇ ਆਫਿਸ ਆਫ ਅਟਾਰਨੀ ਜਨਰਲ ਆਫਿਸ ਆਫ ਅਟਾਰਨੀ ਜਨਰਲ ਨੇ ਜਿਹੜੀ ਰਿਪੋਰਟ ਦਿੱਤੀ ਹੈ ਆਡੀਟਰ ਜਨਰਲ ਨੇ, ਉਹਨਾਂ ਨੇ ਇਸੇ ਚੀਜ਼ ਨੂੰ ਐਡਰੈਸ ਕੀਤਾ ਕਿ ਜਿਹੜੀਆਂ ਬੈਕ ਲੌਗ ਦੇ ਵਿੱਚ ਐਕਚੁਅਲ ਫਾਈਲ ਹੈਗੀਆਂ ਉਹਨਾਂ ਨੂੰ ਪ੍ਰਾਇਰਿਟੀ ਤੇ ਪਿਕ ਕਰੋ ਰਾਦਰ ਦੈਨ ਪਿਕਿੰਗ ਅਪ ਦ ਨਿਊਅਰ ਫਾਈਲ। ਸੋ ਬੇਸਿਕਲੀ ਉਹਨਾਂ ਨੇ ਉਸੇ ਚੀਜ਼ ਨੂੰ ਆਡੀਟਰ ਜਨਰਲ ਨੇ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ। ਸੋ ਐਬਸੋਲੂਟਲੀ ਤਰਨ ਜੀ ਹਾਲੇ ਇਹਦੇ ਤੇ ਕੋਈ ਅਪਡੇਟ ਨਹੀਂ ਹੈਗਾ। ਹਾਂ, ਇੱਕ ਚੀਜ਼ ਹੋਰ ਆ, ਇਹਦੇ ਤੇ ਵਿੱਚ ਵੀ ਹੋਰ ਚੇਂਜਸ ਆ ਰਹੀਆਂ ਹੈਗੀਆਂ। ਕੇਅਰ ਗਿਵਰ ਦੇ ਕਰੰਟ ਪ੍ਰੋਗਰਾਮ ਦੇ ਵਾਸਤੇ ਵੀ ਅਗਲੀਆਂ ਕੰਸਲਟੇਸ਼ਨ ਸ਼ੁਰੂ ਹੋ ਚੁੱਕੀਆਂ ਐਂਡ ਨਵੰਬਰ ਦੇ ਮਹੀਨੇ ਦੇ ਵਿੱਚ ਅਗਲੀਆਂ ਕੰਸਲਟੇਸ਼ਨ ਹੈਗੀਆਂ, ਜਿਹੜਾ ਇਸ ਪ੍ਰੋਗਰਾਮ ਦੇ ਚੇਂਜਸ ਨੂੰ ਜਿਹੜੇ ਬੈਕਲੌਗ ਹੈਗਾ ਉਹਨੂੰ ਕਿਸ ਤਰ੍ਹਾਂ ਐਡਰੈਸ ਕਰਨਾ ਚਾਹੀਦਾ, ਐਕਸਪੀਰੀਅੰਸ ਨੂੰ ਕਿਹੜਾ ਕਿਸ ਤਰ੍ਹਾਂ ਦਾ ਚਾਹੀਦਾ, ਉਹਦਾ ਟਾਈਮ ਪ੍ਰੋਸੈਸਿੰਗ, ਸੋ ਇਹਦੇ 'ਤੇ ਵੀ ਅਗਲੀਆਂ ਕੰਸਲਟੇਸ਼ਨ ਸ਼ੁਰੂ ਹੋਈਆਂ ਹੋਈਆਂ ਜੀ। ਜਿਹੜੇ ਇਸ ਵਕਤ ਸਟੂਡੈਂਟਸ ਕੈਨੇਡਾ ਵਿੱਚ ਆਏ ਹੋਏ ਨੇ ਉਹਨਾਂ ਦਾ ਫਿਊਚਰ ਕੀ ਹੈ ਹੁਣ? ਤਰਨ, ਆਪਾਂ ਜੇ ਗੱਲ ਕਰੀਏ, ਇੱਕ ਤਕਰੀਬਨ 8,20,000 ਦੇ ਆਸ ਪਾਸ ਇੰਟਰਨੈਸ਼ਨਲ ਸਟੂਡੈਂਟ ਸੀਗਾ 2022 ਦੇ ਐਂਡ ਤੱਕ, 2022 ਦੇ ਐਂਡ ਤੱਕ ਜੀ, ਜਿਹਦੇ ਵਿੱਚ ਉਹ ਸਟੂਡੈਂਟ ਆ ਜਿਹੜੇ ਪੜ੍ਹਾਈ ਕਰ ਰਿਹਾ ਅਤੇ ਉਹ ਸਟੂਡੈਂਟ ਆ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਇਸ ਟਾਈਮ ਹੈਗੇ ਨੇ, ਐਂਡ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਹੋ ਰਹੀ ਹੈ ਤਰਨ, ਉਹ 4,65,000 4,50,000 ਦੇ ਆਸ ਪਾਸ ਟੋਟਲ ਪਰਮਾਨੈਂਟ ਰੈਜ਼ੀਡੈਂਸੀ ਗ੍ਰੈਂਟ ਕੀਤੀਆਂ ਜਾ ਰਹੀਆਂ ਫੋਰ ਦਾ ਈਅਰ। ਇਹਦੇ ਵਿੱਚ PNPs ਐਂਡ ਐਕਸਪ੍ਰੈਸ ਦੋਨੋਂ ਮਿਲਾ ਕੇ ਹੈਗਾ, ਤੇ ਇਹਦੇ ਵਿੱਚ ਵੀ ਸਾਰੀਆਂ ਦੀਆਂ ਸਾਰੀਆਂ ਸਟੂਡੈਂਟਸ ਲਈ ਨਹੀਂ ਹੈ, ਫੈਮਿਲੀ ਕਲਾਸ ਵੀ ਹੈ, ਫੈਮਿਲੀ ਕਲਾਸ ਵੀ ਹੈਗੇ ਨੇ, ਰਿਫਿਊਜੀ ਵੀ ਹੈਗੇ ਨੇ, ਇਹਦੇ ਵਿੱਚ ਇਨਵੈਸਟਰਸ ਵੀ ਹੈਗੇ ਨੇ, ਬਿਜ਼ਨਸਮੈਨ ਵੀ ਹੈਗੇ ਨੇ, ਡਿਫਰੈਂਟ ਕੈਟੇਗਰੀਜ਼ ਵੀ ਹੈਗੀਆਂ, ਸਟਾਰਟਅਪਸ ਵੀ ਹੈਗੇ ਨੇ, ਐਂਡ ਹਰ ਚੀਜ਼ ਹੈਗੀ ਹੈ। ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਮਿਨੀਪੈਕ ਤੋਂ ਬੋਲ ਰਹੇ ਹਾਂ ਜੀ, ਸਾਡੀ ਫਾਈਲ ਲੱਗੀ ਨੂੰ 22 ਮਹੀਨੇ ਦਾ ਟਾਈਮ ਹੋ ਗਿਆ, ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹਦਾ ਟਾਈਮ ਕਿੰਨਾ ਹੁੰਦਾ ਹੈ ਜੀ, ਮਤਲਬ ਟੋਟਲ ਕਿੰਨੀ ਦੇਰ ਬਾਅਦ ਬੰਦਾ ਉਹਨਾਂ ਤੋਂ ਪੁੱਛ ਕਰ ਸਕਦਾ, ਕਿੰਨਾ ਚਿਰ ਇਹਨਾਂ ਟਾਈਮ ਫਿਕਸ? ਕਿਹੜੀ ਫਾਈਲ ਦੀ ਤੁਸੀਂ ਗੱਲ ਕਰ ਰਹੇ ਹੋ? ਪੇਰੈਂਟਸ ਦੀ ਫਾਈਲ ਦੀ ਗੱਲ ਕਰ ਰਹੇ ਹਾਂ। ਪੇਰੈਂਟਸ ਦੀ ਫਾਈਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਮੈਡਮ ਗੱਲ ਸੁਣੋ, ਹਾਂਜੀ ਜੀ 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 ਪਲੀਜ਼, ਕਿਉਂ ਹੈ ਸਾਡਾ ਸਾਰਾ ਕੰਪਲੀਟ ਹੋ ਗਿਆ, ਫੋਈ ਨੂੰ 1 ਸਾਲ ਦਾ 1 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ, ਟੋਟਲ ਫਾਈਲ ਲੱਗੇ ਨੂੰ 23 ਮਹੀਨੇ ਦਾ ਟਾਈਮ ਹੋ ਗਿਆ।
जी किन्ने चिर बाद मतलब जी प्लीज टीवी ते ना सुनो डायरेक्टली तुसी साडे नाल फोन दे उत्ते गल करो प्लीज टीवी नु ना सुनो अपनी गल कंप्लीट करो जी उम्मीद रखो क्योंकि हजे 23 तरीक तक इनविटेशंस आने हैं सो रब दा नाम लवो शायद ओदे विच इक नाम तुहाडा भी हो जावे सो बाकी आपां तुहानू टीवी स्क्रीन ते दस दिंदे आं वी जेकर तुसी इस वारी भी तुहाडा नाम अनफॉर्चुनेटली नहीं आउंदा तां अग्गे तुसी की कर सकदे हो थैंक यू सो मच तुसी प्रोग्राम च कॉल कीती है जी सर तरन जी एहोजे कई एप्लीकेंट्स है जी इस सिचुएशन फसे हुए हैं सो बहुत सारे एप्लीकेंट्स एहोजे है जिन्होंने पेरेंट्स ग्रैंड पेरेंट्स स्पॉन्सर किया होया एंड पेरेंट्स इतने सुपरवीजा भी है सो बेसिकली चाहते हैं कि साड़ी जी हेल्थ केयर की कवरेज है बिकॉज उ सब तो ज्यादा 2014 बहुत लंबा पीरियड होंगे कि 2023 आ गया 2014 ही उस साल से जिथे उन्होंने उस प्रोग्राम बंद किया सो स्पॉन्सरशिप उदो हॉल्ट किया शुरू किया कि असी साडा कोई हैंडीकैप है कि तुसी साडी एप्लीकेशन फिर उन्होंने 2020 प्रोग्राम लैके आए सो उस तो बाद उन्होंने 2020 तो बाद नवा एक्सप्रेशन ऑफ इंटरेस्ट लिता ही नहीं ना 21 ਦੇ ਵਿੱਚ ਲਿੱਤਾ ਨਾ 22 ਦੇ ਵਿੱਚ ਲਿੱਤਾ ਨਾ 23 ਦੇ ਵਿੱਚ ਲਿੱਤਾ ਸੋ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀਆਂ ਐਪਲੀਕੇਸ਼ਨ 4th ਇਅਰ ਇਨ ਅ ਰੋ ਜਿਹੜੀਆਂ ਹੋ ਰਹੀਆਂ ਉਹ 2020 ਦੀ ਐਪਲੀਕੇਸ਼ਨ ਨੂੰ ਹੀ ਜਿਨ੍ਹਾਂ ਨੇ ਐਕਸਪ੍ਰੈਸ਼ਨ ਕ੍ਰੀਏਟ ਕੀਤਾ ਸੀ ਉਹਨਾਂ ਚੋਂ ਹੋ ਰਹੀ ਸੋ ਐਬਸੋਲੂਟਲੀ ਜੀ ਹਲੇ ਵੀ ਲੱਖ ਤੋਂ ਉੱਪਰ ਐਪਲੀਕੇਸ਼ਨਸ ਹੈਗੀਆਂ ਜਿਹੜੀਆਂ ਪਿਛਲੀਆਂ ਹਲੇ ਵੀ ਪਈਆਂ ਹੈਗੀਆਂ ਅਗਲੇ ਸਾਲ ਕੀ ਆਊਟਕਮ ਆਏਗਾ ਕਿ ਕਿਸ ਤਰ੍ਹਾਂ ਐਪਲੀਕੇਸ਼ਨਸ ਕੀਤੀਆਂ ਜਾਣਗੀਆਂ ਓਨਲੀ ਟਾਈਮ ਵਿਲ ਟੈਲ ਗਵਰਨਮੈਂਟ ਕਿਸ ਤਰ੍ਹਾਂ ਡਿਸਾਈਡ ਕਰਦੀ ਹੈ ਬਿਊਰੋਕਰੈਟਸ ਕਿਸ ਤਰ੍ਹਾਂ ਡਿਸਾਈਡ ਕਰਦੇ ਨੇ ਆਈਆਰਸੀਸੀ ਕੀ ਡਿਸੀਜਨਸ ਲੈਂਦੀ ਮਿਨਿਸਟਰ ਕੀ ਉਹਦਾ ਇੱਥੇ ਇਨਪੁਟ ਦਿੰਦੇ ਹੈਗੇ ਨੇ time will tell how really things will unfold sir par inne lambe samay liye bhi bahut aukha aya ki vi tonu apni income maintain karke rakhni pani taxes nu leke and secondly ke tonu har wari apply karna eh nahi pata ki aayega ki nahi medical nu leke ani problem hundi hai bilkul tusi theek keh rahe ho but taran ji naal di naal kehnde hai ke सानू शुक्र भी करना चाहिए है कि सुपर वीज़ा की ऑप्शन तो एग्जिस्ट करती पई है पांच साल पेरेंट्स ग्रैंड पेरेंट्स थोड़े नाल तो रह सकते हैं तुहानू एक्सपेंसिस पै रहे हैं ना इंश्योरेंस के बट अदरवाइज तो वह ऑलमोस्ट सारी चीज़ा पॉसीबल है सो कभी कभी शुक्र भी करना चाहिए बाकी कंट्रीज तो सहूलत भी नहीं देंदियां तरन जी सो कैनेडा एक कंट्री सहूलत भी देंदा तो असं फिर भी असं कंप्लेट करते रहने कंप्लेट करना इज़ नॉट बैड राइट बट एप्रीशिएट भी करिए कि जो बाबा जी दे रहे हैं कहते दो रुखी सुखी खा ते यू नो जो मिल रहा है वो तो एप्रीशिएट करिए बाबा जी का शुक्र करिए कि सानू मिल रहा है अज बच्चे साडे ग्रैंड पेरेंट्स या पेरेंट्स साडे कोल आके बैठे हुए ने साडे अपने ग्रैंड चिल्ड्रन नू लुक आफ्टर कर रहे ने उन्हां नू संस्कार दे रहे ने सो
ਆਸਟ੍ਰੇਲੀਆ ਤੇ 5-6 ਮਹੀਨੇ ਬਾਅਦ ਕਹਿੰਦਾ ਕਿ ਵਾਪਸ ਜਾਓ। ਪਰ ਸਰ ਮੈਨੂੰ ਲੱਗਦਾ ਲਾਰੇ ਨਾਲੋਂ ਜਵਾਬ ਚੰਗਾ ਜ਼ਿਆਦਾ ਬੈਟਰ ਹੈ ਕਿ ਕਿੱਥੇ 5-5 ਸਾਲ 10-10 ਸਾਲ ਦੀ ਵੇਟਿੰਗ ਪੀਰੀਅਡ 'ਚ ਬੈਠੇ ਆ, ਕਿਉਂਕਿ ਆਸਟ੍ਰੇਲੀਆ 'ਚ ਪਤਾ ਸਭ ਨੂੰ ਕਿ ਪੇਰੈਂਟਸ ਨੇ ਪੀਆਰ ਨਹੀਂ ਹੋਣਾ, ਤੁਹਾਨੂੰ ਇੰਨੀ ਇੱਕ ਲਿਮਿਟਡ, ਤੁਹਾਨੂੰ ਇੰਨੀ ਇਨਕਮ ਪੈਸੇ ਭਰਨੇ ਪੈਣੇ ਤਾਂ ਤੁਹਾਨੂੰ ਪੀਆਰ ਮਿਲ ਜਾਏਗੀ। ਜਾਂ ਤਾਂ ਉਹ ਸਿਸਟਮ ਇੱਥੇ ਕਰ ਦਿੱਤਾ ਜਾਵੇ, ਨਹੀਂ ਫਿਰ ਫਸਟ ਕਮ ਫਸਟ ਸਰਵ ਵਾਲਾ ਸਿਸਟਮ ਕਰੋ ਵੀ ਤੁਸੀਂ ਇੱਕ ਵਾਰੀ ਫਾਈਲ ਤੁਸੀਂ ਪੂਲ 'ਚ ਪਾ ਦਿੱਤੀ ਆ, 2 ਸਾਲ 4 ਸਾਲ 5 ਸਾਲ ਵੀ ਇੰਨੇ ਟਾਈਮ ਤੱਕ ਤੁਹਾਡਾ ਨਿਕਲ ਆਏਗਾ ਤਾਂ ਤੁਸੀਂ ਵੇਟ ਕਰ ਸਕਦੇ ਹੋ। ਤੁਹਾਨੂੰ ਇੱਕ ਸੁਜੈਸ਼ਨ ਦੇ ਰਿਹਾ, ਤੁਹਾਨੂੰ ਵੀ ਇੱਕ ਪਟੀਸ਼ਨ ਸ਼ੁਰੂ ਕਰਨੀ ਚਾਹੀਦੀ ਹੈ। ਸਟਾਰਟ ਔਨ ਦਿਸ, ਜਿਸ ਤਰ੍ਹਾਂ ਆ PGWP ਵਾਲੀ ਆਈ ਹੈ 52 ਵਾਲੀ ਪਟੀਸ਼ਨ, ਯੂ ਟੇਕ ਦਾ ਇਨੀਸ਼ੀਏਟਿਵ ਔਨ ਦਿਸ, ਸਟਾਰਟ ਦਿਸ ਨਿਊ ਪਟੀਸ਼ਨ ਸਪੈਸ਼ਲੀ ਫੋਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ। change.org ਤੇ ਪਹਿਲੇ ਇਨੀਸ਼ੀਏਟ ਕਰੋ, ਦੇਖੋ ਤੁਸੀਂ ਉਹਨੇ ਸਿਗਨੇਚਰਸ ਲੈ ਸਕਦੇ ਹੋ ਨਹੀਂ ਲੈ ਸਕਦੇ, ਬਿਕੋਜ਼ ਬਹੁਤ ਸਾਰੇ ਐਪਲੀਕੈਂਟਸ, ਲੱਖਾਂ ਤੋਂ 1.5 ਲੱਖ ਤੋਂ ਜ਼ਿਆਦਾ ਐਪਲੀਕੈਂਟਸ ਤੇ ਪੁਰਾਣੇ ਬੈਠੇ ਨੇ 2020 ਜਿਹਨਾਂ ਨੇ ਫਾਈਲ ਲਗਾਈ ਸੀ, ਉਸ ਤੋਂ ਬਾਅਦ 21 ਦੇ ਵਿੱਚ, 22 ਦੇ ਵਿੱਚ, 23 ਦੇ ਵਿੱਚ ਕਿੰਨੇ ਲੋਕ ਐਲੀਜੀਬਲ ਹੋ ਗਏ ਨੇ। ਸੋ ਟੇਕ ਦਿਸ ਇਨੀਸ਼ੀਏਟਿਵ ਐਂਡ do some good work for everybody. I'll try my best. No, you should because and tuhanu ida aan wale time de vich kinniyan diyan duawan lagniyan tuhanu samajh vi nahi aa rahi hovegi ida ਸਰ। ਆਪਾਂ ਵਾਪਸ ਨਾਲ ਮੈਂ ਕੋਸ਼ਿਸ਼ ਕਰੂੰਗੀ ਜ਼ਰੂਰ, ਮੈਨੂੰ ਕਾਲ ਕਰ ਸਕਦੇ ਹੋ ਸਪੋਰਟ ਕਰਨ ਲਈ। ਸੋ ਬਾਕੀ ਆਪਾਂ ਵਾਪਸ ਟੋਪਿਕ ਕਰੀਏ ਇੰਟਰਨੈਸ਼ਨਲ ਸਟੂਡੈਂਟਸ ਦੇ ਮੁੱਦੇ 'ਤੇ ਮੈਂ ਗੱਲ ਕਰ ਰਹੀ ਸੀ ਕਿ ਤੁਸੀਂ ਦੱਸਿਆ ਕਿ ਲਾਸਟ ਟਾਈਮ ਲਗਭਗ 8.5 ਲੱਖ ਦੇ ਕਰੀਬ ਸਟੂਡੈਂਟਸ ਆਏ ਨੇ, ਅਤੇ ਫਿਊਚਰ ਕੀ ਹੈ? I don't know, Taran, 1.4 million 2027 ਦਾ ਟਾਰਗੇਟ ਲਿਖਿਆ ਜਾ ਰਿਹਾ ਹੈ। ਸਰ ਮੈਂ ਤਾਂ ਬਹੁਤ ਪਟੀਸ਼ਨਸ ਕਰਵਾ ਦੂੰ, ਮੈਂ ਤਾਂ ਪੇਰੈਂਟਸ ਲਈ, ਸਟੂਡੈਂਟਸ ਲਈ ਸਭ ਲਈ ਪਟੀਸ਼ਨਸ ਕਰ ਦੂੰ। ਬਿਕੋਜ਼ ਗਵਰਨਮੈਂਟ ਹੈਜ਼ ਟੂ ਟੇਕ ਅ ਡਿਸੀਜਨ। ਤਰਨ, ਜੇ 5.5 ਲੱਖ ਅਸੀਂ ਬੱਚਾ ਟੋਟਲ ਪਰਮਾਨੈਂਟ ਰੈਜ਼ੀਡੈਂਸੀ ਗ੍ਰਾਂਟ ਕਰ ਰਹੇ ਹਾਂ, ਤੇ ਇੰਨੇ ਬੱਚਿਆਂ ਨੂੰ ਅਸੀਂ ਲਿਆ ਕੇ ਅਸੀਂ ਉੱਥੇ ਕਿੱਥੇ ਲੈ ਕੇ ਜਾ ਰਹੇ ਹਾਂ? ਬਿਕੋਜ਼ PR ਤੇ ਉਹਨਾਂ ਦੀ ਹੋ ਨਹੀਂ ਰਹੀ। ਸਰ ਦੇ ਨੋ ਲਾਈਕ ਪਲੱਸ 2 ਵਾਲੇ ਸਟੂਡੈਂਟਸ ਆਰ ਨਾਟ ਐਲੀਜੀਬਲ, ਪੁਆਇੰਟਸ ਨਹੀਂ ਮੀਟ ਕਰ ਪਾ ਰਹੇ ਹੈਗੇ, ਫਿਰ ਇੱਕ ਕ੍ਰਾਈਟੇਰੀਆ ਘੱਟੋ ਘੱਟ ਸੈੱਟ ਕੀਤਾ ਜਾਵੇ। ਐਸੇ ਵਾਸਤੇ ਜਿਹੜੇ ਪਲੱਸ 2 ਵਾਲੇ ਸਟੂਡੈਂਟਸ ਹੁੰਦੇ, ਮੈਂ ਉਹਨੂੰ 90% ਮੇਰੇ ਆਫਿਸ ਚੋਂ ਸੁਜੈਸ਼ਨ ਹੈਗਾ ਕਿ ਮੂਵ ਆਊਟ ਆਫ GTA, ਮੂਵ ਆਊਟ ਟੂ ਦੋਸ ਪ੍ਰੋਵਿੰਸਿਸ ਜਿੱਥੇ ਜੋਬ ਐਗਜ਼ਿਸਟ ਕਰਦੀਆਂ, ਜਿੱਥੇ 4 ਬੈਂਡ ਦੇ ਨਾਲ ਤੁਸੀਂ 1-6 ਮਹੀਨੇ ਕੰਮ ਕਰਨ ਦੇ ਬਾਅਦ ਐਲੀਜੀਬਲ ਹੋ ਸਕਦੇ ਹੋ। ਤੁਸੀਂ ਵੀ ਤੇ ਅਸੀਂ ਬੱਚੇ ਵੀ ਤੇ ਸਾਡੇ ਹੈਗੇ ਨੇ ਕਿ ਉਹ GTA ਛੱਡ ਕੇ ਕੰਫਰਟ ਜ਼ੋਨ 'ਚ ਛੱਡ ਕੇ ਨਹੀਂ ਜਾਣਾ ਚਾਹੁੰਦੇ। ਸੋ ਕੰਫਰਟ ਜ਼ੋਨ 'ਚੋਂ ਬਾਹਰ ਇੱਕ ਵਾਰੀ ਨਿਕਲੋਗੇ ਤੇ ਦੇਰ ਆਰ ਲੋਟ ਆਫ ਓਪਰਚੁਨਿਟੀਜ਼, ਐਂਡ ਉੱਥੇ ਜਾ ਕੇ ਇੱਕ ਘਰ ਲੀਜ਼ ਕਰੋ, ਐਂਡ ਉਹਦੇ ਵਿੱਚ 4-5-6 ਬੱਚੇ ਜਿੱਥੇ ਇੱਥੇ ਜਿਸ ਤਰ੍ਹਾਂ ਬਰੈਂਪਟਨ ਦੇ ਵਿੱਚ ਰਹਿੰਦੇ ਹੋ, ਮਿਸੀਸਾਗਾ ਦੇ ਵਿੱਚ ਰਹਿੰਦੇ ਹੋ, GTA ਦੇ ਵਿੱਚ ਰਹਿੰਦੇ ਹੋ, ਸਟਾਰਟ ਦੈਟ, ਐਂਡ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਬੜੀ ਜਲਦੀ ਉੱਥੇ ਹਾਸਲ ਕਰ ਸਕਦੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਵਿਨੀਪੈਗ ਤੋਂ ਬੋਲਦੇ ਹਾਂ। ਹਾਂਜੀ ਹਾਂਜੀ, ਅਸੀਂ ਮਾਤਾ ਜੀ ਦੇ ਐਪਲੀਕੇਸ਼ਨ ਲਾਈ ਸੀ PR ਲਈ 2020 ਦੇ ਵਿੱਚ। ਡਰਾ 'ਚ ਨੰਬਰ ਵੀ ਆ ਗਿਆ ਸੀਗਾ, ਤੇ ਜਦੋਂ ਪੇਪਰ ਫਾਈਲ ਜਿਵੇਂ ਭੇਜੀ ਆ, ਤੇ ਉਦੋਂ ਬਾਅਦ ਉਹਨਾਂ ਨੇ ਕੇਸ ਰਿਜੈਕਟ ਕਰਤਾ, ਰਿਫਿਊਜ਼ ਕਰਤਾ ਜਿਵੇਂ, ਤੇ ਉਦੋਂ ਬਾਅਦ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਤੁਸੀਂ ਜਿਹੜੀ ਫੀਸ ਵਗੈਰਾ ਭਰੀ ਹੋਈ ਆ ਵੀ ਉਹ ਤੁਸੀਂ ਫਾਰਮ ਭਰ ਕੇ ਭੇਜੋ, ਤੁਹਾਨੂੰ ਵਾਪਸ ਆ ਜੂਗੀ। ਅਸੀਂ ਉਹ ਪੁੱਛਣਾ ਚਾਹੁੰਦੇ ਆ ਵੀ ਅਸੀਂ ਵੀ ਉਹਦੇ ਤੇ ਕੋਈ ਵਰਕ ਹੋ ਸਕਦਾ ਜਾਂ ਸਾਨੂੰ ਨਵੇਂ ਸਿਰੋਂ ਫੇਰ ਵੀ ਮਾਤਾ ਜੀ ਦੇ ਪੇਪਰ ਐਪਲੀਕੇਸ਼ਨ ਭਰਨੀ ਪਊਗੀ। ਕਿਸ ਗੱਲੋਂ ਰਿਫਿਊਜ਼ ਹੋਇਆ ਸੀ ਜੀ ਕੇਸ? ਹਾਂਜੀ, ਪੈਸੇ ਤਾਂ ਸਾਡੀ ਇਨਕਮ ਪੂਰੀ ਸੀਗੀ, ਪਰ ਪਤਾ ਨੀ ਉਹਨਾਂ ਨੂੰ ਕੀ ਮਿਸ ਅੰਡਰਸਟੈਂਡਿੰਗ ਹੋਈ ਆ, ਉਹਨਾਂ ਨੇ ਕਿਹਾ ਵੀ ਤੁਹਾਡੀ ਇਨਕਮ ਇਨਫ ਨਹੀਂ ਹੈਗੀ। ਉਸ ਤੋਂ ਬਾਅਦ ਤੁਹਾਨੂੰ ਅਪੀਲ ਦਾ ਰਾਈਟ ਵੀ ਦਿੱਤਾ ਹੋਏਗਾ ਉਹਨਾਂ ਨੇ ਕੇਸ ਰਿਫਿਊਜ਼ ਕਰਨ ਤੋਂ ਬਾਅਦ? ਨਹੀਂ, ਅਪੀਲ ਦਾ ਰਾਈਟ ਦਿੱਤਾ ਸੀ, ਅਸੀਂ ਅਪੀਲ ਵੀ ਕੀਤੀ ਸੀਗੀ, ਪਰ ਉਸ ਤੋਂ ਬਾਅਦ ਅਪੀਲ ਕੀਤੀ ਤੋਂ ਬਾਅਦ ਸਾਨੂੰ ਕੋਈ ਆਨਸਰ ਨਹੀਂ ਆਇਆ ਉਹਨਾਂ ਦਾ। ਨਹੀਂ ਜੀ, ਅਪੀਲ ਦਾ ਪ੍ਰੋਸੈਸਿੰਗ ਟਾਈਮ ਅੱਜ ਕੱਲ ਵਧਿਆ ਹੋਇਆ, ਅਸੀਂ ਤੁਸੀਂ ਫੋਨ ਤੇ ਸੁਣ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ। ਸਰ ਤਰਨ, ਜਦੋਂ ਵੀ ਕੋਈ ਐਪਲੀਕੇਸ਼ਨ ਇਹੋ ਜਿਹੀ ਰਿਫਿਊਜ਼ ਕੀਤੀ ਜਾਂਦੀ ਹੈ ਤੇ ਤੁਹਾਨੂੰ ਇੱਕ ਰਾਈਟ ਟੂ ਅਪੀਲ ਦਿੱਤਾ ਜਾਂਦਾ ਹੈ ਕਿ ਤੁਸੀਂ ਸਟਿਲ ਜਾ ਕੇ ਕੰਟੈਸਟ ਕਰ ਸਕਦੇ ਹੋ ਇਸ ਡਿਸੀਜਨ ਨੂੰ। ਸੋ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਜਾ ਕੇ ਤੁਸੀਂ ਇਸ ਡਿਸੀਜਨ ਨੂੰ ਕੰਟੈਸਟ ਕਰ ਸਕਦੇ ਹੋ। ਅੱਜ ਦੀ ਤਰੀਕ ਦੇ ਵਿੱਚ ਪਹਿਲੇ ਨਾਰਮਲੀ ਪ੍ਰੋਸੈਸਿੰਗ ਟਾਈਮ ਸੀਗਾ 6-8 ਮਹੀਨੇ ਇਮੀਗ੍ਰੇਸ਼ਨ ਅਪੀਲ ਦੇ ਵਿੱਚ, ਬਟ ਕੋਵਿਡ ਤੋਂ ਬਾਅਦ ਇਹੋ ਜਿਹਾ ਬੈਕਲੌਗ ਸ਼ੁਰੂ ਹੋਇਆ ਕਿ ਉੱਥੇ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਇਸ ਟਾਈਮ ਤੇ 2 ਸਾਲ ਤੋਂ 3 ਸਾਲ ਦੇ ਵਿੱਚ ਚਲਾ ਗਿਆ ਹੈਗਾ। ਸੋ ਜੇ ਇਹਨਾਂ ਨੇ ਅਪੀਲ ਪੁੱਟ ਅਪ ਕੀਤੀ ਸੀਗੀ ਤੇ ਦੇ ਵਿਲ ਡੈਫੀਨੇਟਲੀ ਹੇਅਰ ਸਮਥਿੰਗ ਬੈਕ ਔਨ ਦਿਸ ਜੀ। ਸਰ, ਪ੍ਰੋਗਰਾਮ ਅੱਗੇ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ ਵਾ, ਤੇ ਤੁਹਾਡੇ ਕੋਲ ਕੁਝ ਓਪਰਚੁਨਿਟੀਜ਼ ਹੁੰਦੀਆਂ ਨੇ, ਤੁਸੀਂ ਕੁਝ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੋਗੇ, ਜਿਹੜੇ ਖਾਸ ਤੌਰ ਤੇ ਇੱਕ ਆਪਾਂ ਨੂੰ ਇਹ ਵੀ ਯਾਦ ਆ ਕਿ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਇੱਥੇ ਵਿਜ਼ਟਰ ਆਏ ਹੋਏ ਨੇ ਵਿਜ਼ਟਰ ਵੀਜ਼ਾ ਤੋਂ ਤੁਸੀਂ ਵਰਕ ਪਰਮਿਟ 'ਚ ਤੁਸੀਂ ਉਹਨੂੰ ਕਨਵਰਟ ਕਰ ਸਕਦੇ ਹੋ, ਹਜੇ ਵੀ ਕੀ ਉਹ ਆਪਸ਼ਨਸ ਹੈਗੇ ਆ? ਬਿਲਕੁਲ ਤਰਨ ਜੀ, ਉਹ ਪਬਲਿਕ ਪਾਲਿਸੀ ਜਿਹੜੀ ਹੈਗੀ ਹੈ ਉਹ 2025
इंटरनेशनल स्टूडेंट है या ओपन वर्क परमिट से है ते रीच आउट टू अस असी जॉब दे विच तुहानू हेल्प कर सकदे हैगे सर सानू कुछ दर्शकां ने सोशल मीडिया उत्ते कमेंट कीते आ जे आपां उहनां दा रिप्लाई कर सकीए एक दा है कि स्टूडेंट्स हो गए ने 5 मंथ तो काम नहीं मिलिया हुण हो की 30 आवर्स वीकली कर सकदे ने हाँ जी बिल्कुल मिनिमम जरा टाइम कंसीडर किया जाएगा थोड़ी परमानेंट रेजिडेंसी की एप्लीकेशन वास्ते और 30 आवर्स अ वीक ही होंगे जी जी उस तो बाद नैक्सट कॉल आई सी के पूछ रहे ने कि तुसी अपील असाइलम केसिस लई IRB दे अगे तुसी ऑथराइज्ड हैगे हो कर सकदे हो ते वी जेकर वो अपील करना चाहुंदे आ एज अ स्टूडेंट तां उहनां दे कोल की ऑप्शन ने जी बिल्कुल जे रिफ्यूजी का केस रिफ्यूज होया जी एज अ स्टूडेंट ते एब्सोल्युटली साडी टीम दे विच लॉयर्स हैगे ने हू प्रेजेंट देमसेल्व बिफोर द बोर्ड जी सर तुहाड़े कोल ऑपर्चुनिटीज जिहड़ियां हैगियां साडे नाल जरूर सांझियां करियो प्लीज बिल्कुल तरन जी इस टाइम ते मेरे कोल ऑटो बॉडी टेक्नीशियंस ते ऑटो मकैनिक्स दियां जिन्हां दे कोल कारां दा ते डीजल गड्डियां दा मकैनिक दा एक्सपीरियंस हैगा इंडिया दे विच मिडल ईस्ट दे विच किसी होर कंट्री दे विच पाकिस्तान दे विच या फिर ईवन डेंटिंग पेंटिंग दा एक्सपीरियंस हैगा ते सानूं अपने CV फॉरवर्ड कर दिओ बेसिक आईलेट्स चाहीदी है बेसिक इंग्लिश चाहीदी है एंड एम्पलॉयर तुहानूं 60,000 तो लैके 80,000 दे विच जॉब ऑफर कर रहा हैगा सो अपनी डिटेल साडे नाल शेयर करो तुहाडी इंटरव्यू होएगी एंड तुहानूं LMIA ते इत्थे एम्पलॉयर हैल्प करेगा एंड जे विद इन कैनेडा भी हैगे हो ते राइट अवे तुसीं जॉइन कर सकदे हो बिकॉज इहदे कोल प्री अप्रूव्ड LMIAs हैगे ने सो उस तो बाद दूसरी ओपनिंग साडे कोल हैगियां साडे कोल कुछ ट्रक ड्राइवर्स दियां ओपनिंग्स आईयां हैगियां जी जे तुहाडे कोल AZ लाइसेंस हैगा ते अपनी डिटेल साडे नाल शेयर करो नर्सिंग बैकग्राउंड जे तो तुसीं हैगे हो जे तुसीं बैक होम BSc नर्सिंग कीती होई है GNM कीती होई है एक्सपीरियंस घट्टो घट्ट 2 साल दा तुहाडे कोल हैगा आ ते एम्पलॉयर ਤੁਹਾਨੂੰ LMIA ਤੇ ਲੈ ਕੇ ਵੀ ਆਏਗਾ ਐਂਡ PNP ਦੇ ਵਾਸਤੇ ਜਾਂ ਅੰਡਰ ਡਿਫਰੈਂਟ PNP ਪ੍ਰੋਗਰਾਮਸ PR ਵਾਸਤੇ ਹੈਲਪ ਵੀ ਕਰੇਗਾ ਸੋ ਇਹ ਓਪਨਿੰਗ ਸਾਡੇ ਕੋਲ ਹੈਗੀਆਂ ਐਂਡ ਇਨਫੋਰਮੇਸ਼ਨ ਲੈਣ ਵਾਸਤੇ ਇੱਕ ਵਾਰੀ ICC ਇਮੀਗ੍ਰੇਸ਼ਨ ਟੀਮ ਨਾਲ ਕੰਟੈਕਟ ਕਰੋ ਹਾਂ ਇੱਕ ਚੀਜ਼ ਹੋਰ ਜੇ ਤੁਸੀਂ ਵਿਦ ਇਨ ਕੈਨੇਡਾ ਓਨਟੈਰੀਓ ਦੇ ਵਿੱਚ ਬੈਠੇ ਹੋ ਜਾਂ GTA ਦੇ ਵਿੱਚ ਬੈਠੇ ਹੋ ਐਂਡ ਤੁਹਾਡੇ ਕੋਲ ਸਿਕਿਉਰਿਟੀ ਗਾਰਡ ਦਾ ਐਕਸਪੀਰੀਅੰਸ ਹੈਗਾ ਜੇ ਸਿਕਿਉਰਿਟੀ ਗਾਰਡ ਦਾ ਐਕਸਪੀਰੀਅੰਸ ਹੈਗਾ ਲਾਇਸੈਂਸ ਲੈ ਕੇ ਬੈਠੇ ਹੋ ਤਾਂ ਸਾਡੇ ਕੋਲ ਅਟਲਾਂਟਿਕ ਦੇ ਵਿੱਚ ਓਪਨਿੰਗਸ ਹੈਗੀਆਂ ਤੁਸੀਂ ਉੱਥੇ ਇੰਪਲੋਇਰ ਨਾਲ ਕੰਮ ਕਰੋਗੇ ਐਂਡ PNP ਦੇ ਵਿੱਚ ਗ੍ਰੇਡ 12 ਵਾਲੇ ਬੱਚੇ ਵੀ ਆਰਾਮ ਨਾਲ PR ਵਾਸਤੇ ਐਲੀਜੀਬਲ ਹੋ ਜਾਣਗੇ ਸੋ ਡਿਟੇਲਸ ਲੈਣ ਵਾਸਤੇ ਡਿਟੇਲਸ ਸ਼ੇਅਰ ਕਰਨ ਵਾਸਤੇ ਸਾਡਾ ਈਮੇਲ ਆਈਡੀ ਹੈਗਾ info@iccimmigration.ca info@iccimmigration.ca ਫੋਨ ਨੰਬਰ ਹੈਗਾ ਜੀ 905-461-2424 ਐਂਡ ਵਟਸਐਪ ਨੰਬਰ ਹੈ 647-850-9000 647-850-9000 ਸੋ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਸਾਡੀ ਟੀਮ ਨਾਲ ਜ਼ਰੂਰ ਕੰਟੈਕਟ ਕਰੋ ਸਾਨੂੰ 17 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦਿਆਂ ਹੋਇਆ ਐਂਡ ਵੀ ਆਰ ਅ ਟੀਮ ਦੈਟ ਵਿਲ ਗਿਵ ਆਊਟ ਅ ਸਟ੍ਰੇਟ ਫਾਰਵਰਡ ਐਡਵਾਈਸ ਸੁਜੈਸ਼ਨ ਟੂ ਯੂ ਜਿਹੜੀ ਚੀਜ਼ ਪੋਸੀਬਲ ਹੋਏਗੀ ਦੱਸਾਂਗੇ ਜਿਹੜੀ ਚੀਜ਼ ਨਹੀਂ ਹੋਗੀ ਉਹ ਵੀ ਦੱਸਾਂਗੇ ਕਿ ਭਾਈ ਟਾਈਮ 'ਤੇ ਪੈਸਾ ਖਰਾਬ ਨਾ ਕਰੋ ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚਾਹੁਣ ਲਈ ਥੈਂਕ ਯੂ ਤਰਨ ਜੀ ਐਂਡ ਵਿਸ਼ ਯੂ ਦਾ ਵੈਰੀ ਬੈਸਟ ਵਿਦ ਯੂਰ ਪਟੀਸ਼ਨ ਥੈਂਕ ਯੂ ਸੋ ਮਚ ਸਰ ਸੋ ਦੋਸਤੋ ਇਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਇੱਕ ਜ਼ਰੂਰੀ ਬੇਨਤੀ ਜ਼ਰੂਰ ਕਰਾਂਗੇ ਵੀ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਸਲਾਹ ਦੇ ਉੱਤੇ ਪਲੀਜ਼ ਉਨੀ ਦੇਰ ਤੱਕ ਤੁਸੀਂ ਭਰੋਸਾ ਨਾ ਕਰਿਆ ਕਰੋ ਖਾਸ ਤੌਰ 'ਤੇ ਇਮੀਗ੍ਰੇਸ਼ਨ ਦੀ ਸਲਾਹ ਦੇ ਉੱਤੇ ਜਿੰਨੀ ਦੇਰ ਤੱਕ ਕਿਸੇ ਭਰੋਸੇਮੰਦ ਕੰਸਲਟੈਂਟ ਨਾਲ ਤੁਸੀਂ ਆਪਣੇ ਕੇਸ ਨੂੰ ਪ੍ਰੋਫਾਈਲ ਨੂੰ ਡਿਸਕਸ ਨਹੀਂ ਕਰਦੇ ਇਮੀਗ੍ਰੇਸ਼ਨ ਮੈਟਰਸ 'ਚ ਅਸੀਂ ਸਾਰੇ ਹੀ ਜਿਹੜੇ ਸਾਡੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹ ਸਾਰੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਨੇ ਸੋ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖੇ ਨੰਬਰਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਹਮਦਰਦ TV ਸਤਿ ਸ਼੍ਰੀ ਅਕਾਲ